ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਪਹਿਲਾਂ ਮਾੜੀ ਜੀ ਆਵਾਜ਼ ਖਰਾਬ ਆ ਰਹੀ ਸੀਗੀ, ਅਤੇ ਹੁਣ ਟਰਾਈ ਕਰਦੇ ਭਾਈ ਅਮਰਪ੍ਰੀਤ ਸਿੰਘ ਨਾਲ ਪਟਿਆਲੇ ਵਿੱਚ ਜਿਹੜੇ ਇਸ ਵੇਲੇ ਆਫਿਸ ਦੇ ਵਿੱਚ ਆ, ਭਈ ਅਪਡੇਟ ਸਾਨੂੰ ਮਿਲ ਜਾਵੇ ਭਈ ਜੋ ਪੰਜਾਬ ਦੇ ਹੜ੍ਹਾਂ ਵਿੱਚ ਮਦਦ ਚੱਲ ਰਹੀ ਆ ਕਿਸਾਨਾਂ ਦੀ, ਅਤੇ ਆਮ ਪੰਜਾਬ ਦੇ ਵਿੱਚ ਜਿੱਦਾਂ ਵੀ ਸਾਡੇ ਪ੍ਰੋਜੈਕਟ ਚੱਲ ਰਹੇ ਆ। ਤੋ ਮਾੜੀ ਜੀ ਪਹਿਲਾਂ ਇੰਟਰਫੇਰੈਂਸ ਚੱਲਦੀ ਆਉਂਦੀ ਸੀ, ਹੁਣ ਵੇਟ ਕਰਦੇ ਅਮਰਪ੍ਰੀਤ ਸਿੰਘ ਜੋ ਜੁਆਇਨ ਕਰੂਗਾ ਸਾਨੂੰ, ਅਤੇ ਉਹਨਾਂ ਫਿਰ ਅਸੀਂ ਫਿਰ ਗੱਲਬਾਤ ਖੁੱਲ੍ਹੀ ਫੇਰ ਕਰਦੇ ਹਾਂ। ਪਰ ਉੱਥੇ ਕਾਫੀ ਡਟ ਕੇ ਕੰਮ ਚੱਕਿਆ ਇਹਨਾਂ ਨੇ, ਤੁਹਾਨੂੰ ਪਤਾ ਜਦੋਂ ਹੜ੍ਹ ਆਏ ਸੀਗੇ ਕਿੰਨੇ ਜਥੇਬੰਦੀਆਂ ਮੋਹਰੇ ਆਈਆਂ ਸੀਗੀਆਂ, ਅਮਰੀਕਾ ਤੋਂ, ਕਨੇਡਾ ਤੋਂ, ਯੂਰਪ ਤੋਂ, ਪੰਜਾਬ ਤੋਂ, ਇੰਡੀਆ ਤੋਂ, ਸਾਰੇ ਪਾਸਿਓਂ, ਭਾਈ ਸਾਨੂੰ ਪੈਸੇ ਦਿਓ, ਅਸੀਂ ਮਦਦ ਕਰਦੇ ਹਾਂ। ਅਤੇ ਕਈਆਂ ਨੇ ਬਹੁਤ ਚੰਗੀ ਮਦਦ ਕੀਤੀ ਆ, ਲੰਗਰ ਚਲਾਏ, ਹੋਰ ਵੀ ਕੰਮ ਕਾਫੀ ਕੀਤੇ। ਸਾਡੀ ਇੰਡੀਆ ਦੀ ਟੀਮ ਉੱਥੇ ਡਟ ਕੇ ਮੋਹਰੇ ਹੋਈ ਹੋ ਆ, ਅਤੇ ਸਾਡਾ ਕੰਮ ਜਿਹੜਾ ਵੀ ਜੋ ਚੱਲ ਰਹੀ ਸੇਵਾ ਪੰਜਾਬ 'ਚ, ਉਹ ਤੁਹਾਨੂੰ ਅਸੀਂ ਅਪਡੇਟ ਦੇ ਰਹੇ ਹਾਂ ਅਮਰਪ੍ਰੀਤ ਦੇ ਨਾਲ। ਅਮਰਪ੍ਰੀਤ ਜੁਆਇਨ ਕਰਿਓ, ਮੈਂ ਗੁਰਪ੍ਰੀਤ ਜੁਆਇਨ ਹੋ ਗਿਆ, ਪਰ ਤੁਸੀਂ ਜੁਆਇਨ ਕਰਿਓ ਸਾਡੇ ਨਾਲ ਪਲੀਜ਼, ਤੁਹਾਨੂੰ ਅਸੀਂ ਅਪਡੇਟ ਦੇਵਾਂਗੇ। ਪਰ ਅੱਜ ਤੱਕ 8 ਤੋਂ 10 ਹਜ਼ਾਰ ਕਿਸਾਨਾਂ ਦੀ ਮਦਦ ਹੋਈ ਆ, 8 ਤੋਂ 10 ਹਜ਼ਾਰ। ਜੇ ਕਿਸੇ ਨੇ ਚੈੱਕ ਕਰਨਾ ਹੋਵੇ, ਸਾਡੇ ਕੋਲ ਇਕੱਲੀ ਇਕੱਲੀ ਚੀਜ਼ ਦਾ ਰਿਕਾਰਡ ਪਿਆ ਆ ਉੱਥੇ ਆਫਿਸ ਦੇ ਵਿੱਚ ਪੰਜਾਬ ਦੇ ਵਿੱਚ, ਅਤੇ ਸਪੈਸ਼ਲੀ ਜਿਹੜਾ ਵੀ ਉਹ ਗੱਲ ਕੀਤੀ ਸੀ ਵੀ ਭਈ ਫਰਟੀਲਾਈਜ਼ਰ ਦੀ ਉੱਥੇ ਬਹੁਤ ਲੋੜ ਹੁੰਦੀ ਆ ਜਦੋਂ ਟਾਈਮ ਸਿਰ ਫਸਲ ਬੀਜਣੀ ਪੈਂਦੀ ਆ। ਅਤੇ ਉਹਨਾਂ ਨੇ ਮੇਰੇ ਖਿਆਲ ਅੱਜ ਤੱਕ 5 ਹਜ਼ਾਰ ਜਾਂ 1500 ਟਨ, 1500 ਟਨ ਮੇਰਾ ਖਿਆਲ ਉਹਨਾਂ ਨੇ ਫਰਟੀਲਾਈਜ਼ਰ ਆਪਣੇ ਕਿਸਾਨਾਂ ਨੂੰ ਦਿੱਤਾ, ਭਈ ਜਿਹੜੇ ਕਿਸਾਨ ਫਸਲ ਬੀਜ ਰਹੇ ਅਤੇ ਹੜ੍ਹ ਦੇ ਵਿੱਚ ਜ਼ਮੀਨਾਂ ਖਰਾਬ ਹੋ ਗਈਆਂ, ਉਹਨੂੰ ਬਹੁਤ ਲੋੜ ਸੀਗੀ। ਹੁਣ ਅਸੀਂ ਇੱਥੋਂ ਬਾਹਰੋਂ ਵੀ ਤਾਂ ਆ ਗਏ ਅਮਰਪ੍ਰੀਤ ਸਿੰਘ, ਮੇਰਾ ਖਿਆਲ ਅਮਰਪ੍ਰੀਤ ਸਿੰਘ ਆਪਸ਼ਨ ਨਹੀਂ ਆ ਰਿਹਾ ਤੁਹਾਨੂੰ ਐਡ ਕਰਨ ਨੂੰ। ਸੋ ਲੈਟ ਮੀ ਟਰਾਈ ਅਗੇਨ, ਓਕੇ ਆ ਗਿਆ, ਓਕੇ ਕਰਦੇ ਹਾਂ ਫਿਰ ਦੇਖੀਏ। ਪਰ ਜੋ ਸੇਵਾ ਚੱਲ ਰਹੀ ਆ ਤੁਸੀਂ ਜਾ ਕੇ ਦੇਖੋ। ਅਮਰਪ੍ਰੀਤ ਸਿੰਘ ਹੁਣ ਕਿੱਦਾਂ? ਯਾ ਠੀਕ ਹੈ, ਆਵਾਜ਼ ਠੀਕ ਆ ਰਹੀ ਭਾਜੀ ਤੁਹਾਨੂੰ? ਯੈਸ, ਸੋ ਫਾਰ ਸੋ ਗੁੱਡ। ਅੱਛਾ, ਉਹ ਗੱਲ ਕਰ ਰਿਹਾ ਵੀ ਤੁਸੀਂ ਅੱਜ 8 ਤੋਂ 10 ਹਜ਼ਾਰ ਕਿਸਾਨਾਂ ਦੀ ਮਦਦ ਕੀਤੀ ਆ, ਉਹ ਜਿਹੜਾ ਫਰਟੀਲਾਈਜ਼ਰ ਦਿੱਤਾ ਪੰਨੀ, ਕਿੰਨੇ ਕਿੰਨੇ 1500 ਟਨ ਮੇਰੇ ਖਿਆਲ ਦਿੱਤਾ ਨਾ ਤੁਸੀਂ? 1000 ਟਨ ਦੇ ਹਿਸਾਬ ਸੇ ਨੇ ਭਾਜੀ? ਹਾਂਜੀ, ਤਕਰੀਬਨ 12 ਲੱਖ ਕਿਲੋ, ਜਿਹੜੇ ਕਿ 24 ਹਜ਼ਾਰ ਤੋਂ ਵੱਧ ਬੈਗ ਬਣਦਾ 50-50 ਕਿਲੋ ਦੇ ਹਿਸਾਬ ਸਿਰ, ਕਿਉਂਕਿ ਇੱਕ ਖੇਤ ਦੇ ਵਿੱਚ ਤਕਰੀਬਨ 50 ਕਿਲੋ ਖਾਦ ਹੈ ਜਿਹੜੀ ਉਹ ਕਿਸਾਨ ਨੂੰ ਚਾਹੀਦੀ ਹੁੰਦੀ ਸੀ। ਸੋ ਉਸ ਹਿਸਾਬ ਸਿਰ ਦੇ ਅਸੀਂ 24 ਹਜ਼ਾਰ ਤਕਰੀਬਨ ਜਿਹੜੇ ਬੈਗਸ ਨੇ ਉਹ ਪਰਚੇਜ਼ ਕੀਤੇ, ਅਤੇ ਉਹ ਪ੍ਰੋਜੈਕਟ ਹੈ ਜਿਹੜਾ DAP ਦਾ ਖਾਦ ਦਾ ਉਹ ਕੰਪਲੀਟ ਕਰ ਖਟੇ ਹਾਂ। ਸੋ ਮੇਨ ਚੀਜ਼ ਮੈਂ ਪਹਿਲਾਂ ਵੀ ਤੁਹਾਨੂੰ ਦੱਸੀ ਸੀ ਕਿ ਚੈਲੇਂਜਿੰਗ ਪਾਰਟ ਇਹ ਸੀਗਾ, ਕਿਉਂਕਿ ਇਹ ਬਹੁਤ ਇੱਕ ਹਾਰਡਵਰਕ ਸੀਗਾ, ਇਹ ਬੈਗਸ ਭਾਰੇ ਭਾਰੇ ਚੱਕ ਕੇ ਟੀਮ ਵੱਲੋਂ ਪਿੰਡਾਂ 'ਚ ਲੈ ਕੇ ਜਾਣੇ, ਇੱਕ ਡਿਸਪੈਚ ਸੈਂਟਰ ਤੋਂ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਪਹੁੰਚਾਉਣਾ, ਕਿਉਂਕਿ ਜਿਵੇਂ ਦੱਸਿਆ ਗਿਆ ਕਿ ਫਲੋਰ, ਕਪੂਰਥਲਾ, ਸ਼ਾਹਕੋਟ, ਤਰਨ ਤਾਰਨ, ਉਸ ਤੋਂ ਬਾਅਦ ਰੋਪੜ, ਰੂਪਨਗਰ, ਸੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸਾਰਾ ਸਟਾਕ ਟੀਮ ਦੇ ਵੱਲੋਂ ਜਿਹੜਾ ਹੈ ਕਿ ਉਹ ਭੇਜਿਆ ਗਿਆ। ਸੋ ਮਾਲਕ ਦੀ ਕਿਰਪਾ ਦੇ ਨਾਲ ਤਕਰੀਬਨ 8-10 ਹਜ਼ਾਰ ਜਿਹੜਾ ਕਿਸਾਨ ਹੈ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜੀ ਇਹ ਸੰਗਤ ਨੇ ਦਸਵੰਧ ਖਾਲਸਾ ਏਡ ਨੂੰ ਡੋਨੇਟ ਕੀਤਾ ਸੀ। ਸੋ ਇਹ ਨਹੀਂ ਕਿ ਅੱਜ ਵੀ ਅਸੀਂ ਇਹ ਪ੍ਰੋਜੈਕਟ ਖਤਮ ਕਰਕੇ ਅਸੀਂ ਘਰਾਂ 'ਚ ਬੈਠ ਗਏ, ਅੱਜ ਵੀ ਸਾਡੀ ਟੀਮ ਉੱਥੇ ਸਾਡੇ ਵੇਅਰ ਹਾਊਸ ਦੇ ਵਿੱਚ ਮੌਜੂਦਾ ਉੱਥੇ ਬੈਠੀ ਹੈ, ਤਾਂ ਜੋ ਜਿਹੜੇ ਹੋਰ ਵੀ ਸਾਡੇ ਪਲਾਨਸ ਨੇ, ਇੱਕ ਦੋ ਦਿਨਾਂ ਦੇ ਵਿੱਚ ਅਸੀਂ ਇੱਕ ਹੋਰ ਨਵਾਂ ਪ੍ਰੋਜੈਕਟ ਪੰਜਾਬ ਦੇ ਜਿਹੜੇ ਅਫੈਕਟਿਡ ਪਰਿਵਾਰ ਸੀ ਉਹਨਾਂ ਲਈ ਇੱਕ ਹੋਰ ਨਵਾਂ ਪ੍ਰੋਜੈਕਟ ਲਾਂਚ ਕਰਨ ਲੱਗੇ ਹਾਂ। ਤੇ ਨਾਲ ਹੀ ਜਿਹੜੀ ਤੁਸੀਂ ਖਾਦ ਦਿੱਤੀ, ਖਾਦ ਜਿਹੜੀ ਵੀ ਫਰਟੀਲਾਈਜ਼ ਦਿੱਤਾ, ਜੀ ਜੀ, ਉਹ ਵੀ ਬਹੁਤ ਜ਼ਰੂਰੀ ਗੱਲ ਆ ਭਈ ਤੁਸੀਂ ਜਿਹੜੀ ਇਹ ਨਹੀਂ ਭੇਜ ਦਿੱਤਾ ਭਈ ਫਾਹਾ ਵੱਢ ਕੀਤਾ, ਜਿਹੜਾ ਚੱਕ ਕੇ ਸਸਤਾ ਦਿੱਤਾ, ਤੁਸੀਂ ਟੋਪ ਦਾ ਰੇਂਜ ਬੈਸਟ ਸਾਰੀ ਹਾਈ ਕੁਆਲਿਟੀ ਦਿੱਤਾ,
ਉਹ ਕਿਹੜੀ ਕੁਆਲਿਟੀ ਦਾ ਸੀਗਾ ਜਿਹੜਾ ਭਈ ਕੁਆਲਿਟੀ ਦਾ ਦਿੱਤਾ ਸੀ ਜਿਹੜਾ ਭਈ ਖਾ ਜਿਹੜਾ ਜੀ ਭਾਜੀ ਕਿਉਂਕਿ ਯਾ ਕਿਉਂਕਿ ਕਾਫੀ ਇਸ ਦੇ ਵਿੱਚ ਬ੍ਰਾਂਡਸ ਆਉਂਦੇ ਨੇ ਇਹ ਬਾਹਰੋਂ ਦੀ ਹੀ ਇੰਟਰਨੈਸ਼ਨਲ ਕੰਟਰੀਜ਼ ਤੋਂ ਹੀ ਸਾਰਾ ਜਿਹੜਾ ਇਹ ਪੰਜਾਬ ਦੇ ਵਿੱਚ ਫਰਟੀਲਾਈਜ਼ਰ ਪਹੁੰਚਦਾ ਹੈ। ਸੋ ਜਿਹੜਾ ਫਰਟੀਲਾਈਜ਼ਰ IPL ਬ੍ਰਾਂਡ ਦਾ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਭਰਾ ਦੇਖ ਰਹੇ ਹੋਣਗੇ ਜਾਂ ਪਿੰਡਾਂ ਨਾਲ ਜੁੜੇ ਹੋਣਗੇ ਉਹਨਾਂ ਨੂੰ ਪਤਾ ਹੋਣਾ IPL ਬ੍ਰਾਂਡ ਦਾ। ਸੋ IPL ਦੀ ਖਾਦ ਜਿਹੜੀ ਕਿ ਕਿਸਾਨ ਕਿਉਂਕਿ ਜਿਹੜਾ ਸੰਗਤ ਨੇ ਦਸਵੰਧ ਦਿੱਤਾ ਸਾਡੀ ਕੋਸ਼ਿਸ਼ ਇਹੀ ਸੀ ਕਿ ਹਰ ਇੱਕ ਚੀਜ਼ ਜਿਹੜੀ ਕੀਤੀ ਜਾਵੇ ਉਹ ਬੈਸਟ ਕੁਆਲਿਟੀ ਦੀ ਕੀਤੀ ਜਾਵੇ, ਕੁਆਲਿਟੀ ਵਾਈਜ਼ ਕੋਈ ਵੀ ਕੰਪਰੋਮਾਈਜ਼ ਜਿਹੜਾ ਉਹ ਸਾਡੇ ਵੱਲੋਂ ਨਾ ਹੋਵੇ ਕਿਉਂਕਿ ਅਸੀਂ ਇੱਕ ਇਹੋ ਜਿਹੇ ਸਮੇਂ ਦੇ ਵਿੱਚ ਉਹਨਾਂ ਪਰਿਵਾਰਾਂ ਤੱਕ ਪਹੁੰਚ ਕਰ ਰਹੇ ਹਾਂ ਕਿ ਜਿਹੜੇ ਕਿ ਆਲਰੇਡੀ ਆਪਣੇ ਮਤਲਬ ਬੇਕਾਰ ਹੋ ਚੁੱਕੇ ਹਾਂ ਜਾਂ ਉਹਨਾਂ ਕੋਲ ਰੁਜ਼ਗਾਰ ਨਹੀਂ ਹੈ। ਸੋ ਅਸੀਂ ਵੀ ਜੇ ਮਾੜੀ ਕੁਆਲਿਟੀ ਦੇਵਾਂਗੇ ਤਾਂ ਸਾਡੀ ਸੇਵਾ ਕੀਤੇ ਦਾ ਵੀ ਕੋਈ ਫਾਇਦਾ ਨਹੀਂ ਹੈ। ਸੋ ਇਸ ਕਰਕੇ ਉਹਨਾਂ ਨੂੰ IPL ਬ੍ਰਾਂਡ ਦੀ ਜਿਹੜੀ ਆ DAP ਖਾਦ ਹੈ ਜਿਹੜੀ ਫਰਟੀਲਾਈਜ਼ਰ ਉਹ ਅਸੀਂ ਸਪੋਰਟ ਕੀਤਾ। ਸੋ ਕਈ ਵਾਰ ਇਹ ਚੀਜ਼ ਮੀਡੀਆ ਦੇ ਵਿੱਚ ਹਾਈਲਾਈਟ ਨਹੀਂ ਹੋ ਪਾਉਂਦੀਆਂ। ਸੋ ਆਪਾਂ ਮੈਂ ਅਤੇ ਰਵੀ ਸਿੰਘ ਹੋਰਾਂ ਨੇ ਸਲਾਹ ਕੀਤੀ ਕਿ ਅਸੀਂ ਇਹ ਸੰਗਤ ਦੇ ਨਾਲ ਅਪਡੇਟ ਦੇਵਾਂਗੇ ਕਿਉਂਕਿ ਤਕਰੀਬਨ 100 ਤੋਂ ਮੇਰੇ ਖਿਆਲ 150 ਟਰੱਕ ਹੈ ਜਿਹੜਾ ਉਹ ਸਾਡੇ ਗੋਡਾਊਨ ਦੇ ਵਿੱਚ ਅਨਲੋਡ ਹੋਇਆ। ਸੋ ਉੱਥੋਂ ਦੀ ਟਰੱਕ, ਹਾਂਜੀ ਟਰੱਕ ਦੀ ਗੱਲ ਕਰ ਰਿਹਾ ਮੈਂ। ਸੋ ਜੇ ਤੁਸੀਂ ਆਪ ਹਿਸਾਬ ਲਾ ਲਓ 24,000 ਬੈਗਸ, 24,000 ਤੋਂ ਵੱਧ ਬੈਗ ਸੀਗੇ, 50-50 ਕਿਲੋ ਦਾ ਇੱਕ ਬੈਗ। ਸੋ ਸਾਰੇ ਬੈਗਸ ਅਸੀਂ ਅਨਲੋਡ ਕਰਕੇ ਲਾਈਵ ਵੀ ਥੋੜ੍ਹਾ ਬਹੁਤ ਦਿਖਾਇਆ ਸੰਗਤਾਂ ਨੂੰ ਜਿੰਨਾ ਕੁ ਜਿੱਥੇ ਨੈਟਵਰਕ ਆਉਂਦਾ ਸੀ। ਸੋ ਉਸ ਤੋਂ ਬਾਅਦ ਉਹ ਪੂਰਾ ਪਲਾਨ ਦੇ ਅਕੋਰਡਿੰਗਲੀ ਸਾਡੀਆਂ 5 ਤੋਂ 10 ਟੀਮਾਂ ਜਿਹੜੀਆਂ ਕਿ ਸਿਰਫ਼ ਅਤੇ ਸਿਰਫ਼ ਅਲੱਗ ਅਲੱਗ ਰੋਜ਼ ਸਵੇਰੇ ਤੜਕੇ ਉੱਠ ਕੇ ਪਿੰਡਾਂ ਦੇ ਵਿੱਚ ਦੂਜੇ ਛੋਟੇ ਟਰੱਕ ਭਰ ਕੇ ਗਡਾਊਨ 'ਚੋਂ ਜਾਣੇ, ਫਿਰ ਦੈਨ ਅੱਗੇ ਪਿੰਡਾਂ ਦੇ ਵਿੱਚ ਡਿਸਟ੍ਰੀਬਿਊਟ ਕਰਕੇ। ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਟੀਮ ਨੇ, ਵੋਲੰਟੀਅਰਸ ਨੇ ਇੰਨਾ ਕੁ ਹਾਰਡਵਰਕ ਕੀਤਾ ਭਾਜੀ ਕਿ ਸਵੇਰੇ 6 ਵਜੇ ਗਡਾਊਨ 'ਚੋਂ ਉਹਨਾਂ ਨੇ DAP ਲੈ ਕੇ ਨਿਕਲਣਾ ਅਤੇ ਰਾਤੀ 12-12, 1-1 ਵਜੇ ਤੱਕ ਵੀ ਉਹਨਾਂ ਨੇ ਉੱਥੇ DAP ਡਿਸਟ੍ਰੀਬਿਊਟ ਕਰਕੇ ਫਿਰ ਵਾਪਿਸ ਆਉਣਾ ਕਿਉਂਕਿ ਹਰ ਇੱਕ ਟੀਮ ਕੋਲ ਇੱਕ ਟਾਰਗੇਟ ਹੁੰਦਾ ਸੀ। ਜਿਵੇਂ ਮੈਂ ਦੱਸਿਆ ਕਿ ਸਾਡੇ ਕੋਲ ਬਹੁਤ ਲਿਮਿਟਿਡ ਟਾਈਮ ਪੀਰੀਅਡ ਸੀਗਾ ਕਿ ਅਸੀਂ ਉਸ ਟਾਈਮ ਪੀਰੀਅਡ ਦੇ ਵਿੱਚ ਜਦੋਂ ਕਿਸਾਨ ਫਸਲ ਬੀਜਦਾ ਅਤੇ ਉਹਨੂੰ ਇਹ DAP ਦੀ ਲੋੜ ਹੈ ਅਤੇ ਉਸ ਤੋਂ ਬਾਅਦ ਵੀ ਅਗਰ ਅਸੀਂ ਇਹ ਪਹੁੰਚਦੀ ਉਹਨਾਂ ਕੋਲ DAP ਤਾਂ ਨਾ ਹੀ ਉਹਨਾਂ ਦੀ ਕੋਈ ਕੰਮ ਦੀ ਸੀ ਅਤੇ ਨਾ ਹੀ ਸਾਡੇ ਕੋਈ ਕੰਮ ਦੀ ਰਹਿਣੀ ਸੀ। ਸੋ ਸਾਰੀ ਟੀਮ ਨੇ ਦਿਨ ਰਾਤ ਇੱਕ ਕਰਕੇ ਸਾਰਾ 24-25,000 ਬੈਗ ਜਿਹੜਾ ਉਹ ਕਿਸਾਨਾਂ ਤੱਕ ਪਹੁੰਚਾਇਆ। ਨਹੀਂ, ਬਹੁਤ ਹੀ ਮਿਹਨਤ ਬਹੁਤ ਕੀਤੀ, ਬਹੁਤ ਹੀ ਜਿੱਦਾਂ ਤੁਸੀਂ ਮੈਜਰ ਕਰੋ, ਜਦੋਂ ਤੁਸੀਂ ਮੈਨੂੰ ਫੋਟੋ ਭੇਜੀ ਸੀਗੀ ਭਈ 1,543 ਟਨ, 1,500 ਟਨ ਜਿਹੜਾ ਤੁਸੀਂ ਖਾਦ ਆ ਜਾਂ ਕਿੰਨੇ ਫਰਟੀਲਾਈਜ਼ਰ ਭੇਜਿਆ ਉਹ ਜਿੱਥੇ ਵੀ ਖੇਤ ਇਫੈਕਟ ਹੋਏ ਆ ਬੈਠਾ, ਜਿਹੜੀ ਅਗਲੀ ਫਸਲ ਆਊਗੀ ਉਹ ਵੀ ਜਿਹੜੀ ਸਾਡੀ ਡੋਨੇਸ਼ਨ ਸੰਘ ਦੁਨੀਆਂ ਦਿੱਤੀ ਆ, ਆਸਟ੍ਰੇਲੀਆ, ਅਮੈਰੀਕਾ, ਕੈਨੇਡਾ, ਯੂਰਪ, ਉਹ ਬਹੁਤ ਜਿਹੜੇ ਹਰਿਆਲੀ ਹੁਣ ਆਊਗੀ ਜਿੱਥੇ ਹੜ੍ਹ ਆਇਆ ਉਹ ਵੀ ਜਿਹੜੇ ਸਾਡੀ ਡੋਨੇਸ਼ਨ ਕਰਕੇ ਹੋਈ ਨਾ ਹੁਣ ਹੋਊਗੀ ਅਤੇ ਸਾਨੂੰ ਵੀ ਬੜਾ ਦੇਖ ਕੇ ਭਈ ਮਹਿਸੂਸ ਹੋਊਗਾ ਵੀ ਅਸੀਂ ਕੁਛ ਆਪਣਾ ਡਿਫਰੈਂਸ ਕਰ ਚੁੱਕੇ। ਇਹਦੇ ਵਿੱਚ ਇਹ ਕਹਿਣਾ ਚਾਹੁੰਦਾ ਮੈਂ ਭਈ ਮੇਰਾ ਖਿਆਲ ਅੱਜ ਤੱਕ ਕੋਈ ਜਿਹੜੀ ਭਈ ਸੇਵਾ ਭਾਵਨਾ ਦੀ ਜਥੇਬੰਦੀ NGO ਕਹਿੰਦੇ ਜਾਂ ਔਰਗਨਾਈਜੇਸ਼ਨ ਆ, ਇਹ ਭਾਲੀ ਸਾਰੇ ਤੋਂ ਵੱਡਾ ਏਅਰ ਡ੍ਰੌਪ ਹੋਊਗਾ, ਸਾਰੇ ਤੋਂ ਵੱਡਾ ਬਿਗੇਸਟ ਏਅਰ ਡ੍ਰੌਪਸ ਉਹਦਾ ਪੰਜਾਬ ਫਾਰਮਰ। ਸਾਨੂੰ ਕਹਿੰਦੇ ਰਹਿੰਦੇ ਤੁਸੀਂ ਪੰਜਾਬ ਨਹੀਂ ਕੁਛ ਕਰਦੇ ਆ, ਨਹੀਂ ਇੰਨਾ ਕੁਛ ਕਰੀਦਾ ਪੰਜਾਬ, ਤਾਂ ਵੀ ਸਾਨੂੰ ਲਾਵੇ ਸੁਣਨੇ ਪੈਂਦੇ ਸੀਗੇ। ਹੁਣ ਪੰਜਾਬ ਦੇ ਕਿਸਾਨਾਂ ਲਈ ਖਾਲਸਾ ਏਡ ਨੇ ਵਨ ਆਫ ਦਾ ਬਿਗੇਸਟ ਹਿਸਟੋਰੀਕਲ ਟਾਈਮ ਦੇ ਵਿੱਚ, ਇੰਨੇ ਇਤਿਹਾਸਿਕ ਸਮੇਂ ਵਿੱਚ ਖਾਲਸਾ ਏਡ ਨੇ ਸਾਰੇ ਤੋਂ ਵੱਡੀ ਏਅਰ ਡ੍ਰੌਪ ਕੀਤੀ ਆ। ਤੁਸੀਂ ਕਿਸਾਨਾਂ ਜਾ ਕੇ ਮਿਲ ਸਕਦੇ ਕਿਉਂਕਿ ਇੱਥੋਂ ਮੇਰੇ ਖਿਆਲ ਇਹ ਅਸੀਂ ਸਮਝ ਨਹੀਂ ਸਕਦੇ ਜਦ ਤੱਕ ਦੇਖਦੇ ਨਹੀਂ, ਪਰ ਇਹ ਰੈਕੋਰਡ ਬਣਿਆ ਐਕਚੁਲੀ।
ਯਾ ਬਿਲਕੁਲ ਭਾਜੀ, ਕਿਉਂਕਿ ਦੇਖੋ ਗੱਲ ਇੱਦਾਂ ਹੈ ਕਿ ਪੰਜਾਬ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ, ਜਦੋਂ ਹੜ੍ਹ ਆਏ ਤਾਂ ਬਹੁਤ ਜ਼ਿਆਦਾ ਸੇਵਾ ਭਾਵਨਾ ਸੰਗਤਾਂ ਨੇ ਪਿੰਡ ਪਿੰਡ ਲੈਵਲ 'ਤੇ ਡੋਨੇਸ਼ਨਸ ਇਕੱਠੀਆਂ ਕਰਕੇ ਉਹ ਆਪ ਹੀ ਟਰਾਲੀਆਂ ਲੈ ਲੈ ਕੇ ਉੱਥੇ ਪਹੁੰਚੇ, ਔਰ ਕਈ ਵਾਰ ਉੱਥੇ ਜਿਹੜੀ ਹੈ ਕਿ ਕੋਆਰਡੀਨੇਸ਼ਨ ਸਹੀ ਵੀ ਨਹੀਂ ਹੋ ਪਾਈ ਵੀ ਕਿਹੜੀ ਚੀਜ਼ ਦੀ ਲੋੜ ਹੈ, ਪਰ ਕੋਈ ਕਿਹੜਾ ਸਮਾਨ ਲੈ ਕੇ ਪਹੁੰਚ ਰਿਹਾ ਸੀ। ਪਰ ਮੈਂ ਇੱਥੇ ਜਿਹੜੇ ਵੀ ਵਾਚ ਕਰ ਰਹੇ ਜਾਂ ਜਿਹੜੇ ਵੀ ਕਦੇ ਵੀਡੀਓ ਦੇਖਣ, ਵੀ ਆਹ ਚੀਜ਼ ਦੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕਦੇ ਵੀ ਕੋਈ ਆਪਾਂ ਏਡ ਮਿਸ਼ਨ ਤੇ ਕਰੀਏ ਜਾਂ ਕੋਈ ਕੰਮ ਕਰੀਏ ਤਾਂ ਆਪਾਂ ਐਟਲੀਸਟ ਇਹ ਚੀਜ਼ ਦਾ ਖਾਸ ਧਿਆਨ ਰੱਖੀਏ ਕਿ ਜਿਹੜਾ ਵੀ ਆਪਾਂ ਕਿਤੇ ਵੀ ਕੋਈ ਮਿਸ਼ਨ ਤੇ ਜਾਣਾ ਸਾਡੇ ਚ ਕੋਆਰਡੀਨੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਅੱਜ ਜਦੋਂ ਅਸੀਂ ਖਾਦ ਡਿਸਟ੍ਰੀਬਿਊਟ ਕੀਤੀ ਤਾਂ ਕਈ ਪਿੰਡਾਂ ਦੇ ਵਿੱਚ ਖਾਦ ਕੋਈ 10 ਬੋਰੇ ਲੈ ਕੇ ਜਾਂ 50 ਬੋਰੇ ਲੈ ਕੇ ਪਹੁੰਚ ਕੇ ਇੱਕ ਇੱਕ ਬੈਗ ਦੇਤਾ ਜਾਂ 50-50 ਕਿਲੋ ਦੇਤੀ ਜਾਂ 10-10 ਕਿਲੋ ਦੇਤੀ। ਉਸ ਚੀਜ਼ ਦੇ ਨਾਲ ਕੀ ਹੁੰਦਾ, ਨਾ ਹੀ ਕਿਸਾਨ ਕੋਲੇ ਪ੍ਰੋਪਰਲੀ ਸਮਾਨ ਪਹੁੰਚਦਾ ਤੇ ਨਾ ਹੀ ਉਹਨਾਂ ਦੀ ਸੇਵਾ ਕੀਤੇ ਦਾ ਉੱਥੇ ਬੈਨੀਫਿਟ ਹੈ ਜਿਹੜਾ ਉਹ ਕਿਸਾਨਾਂ ਨੂੰ ਪ੍ਰੋਪਰਲੀ ਮਿਲ ਪਾਉਂਦਾ। ਤੇ ਇਸ ਚੀਜ਼ ਦੇ ਵਿੱਚ ਠੀਕ ਹੈ, ਹਰ ਇੱਕ ਦੀ ਆਪਣੀ ਕਪੈਸਿਟੀ ਹੈ, ਜਿੰਨੀ ਜਿਹਦੀ ਸ਼ਰਧਾ ਹੈ, ਜਿੰਨੀ ਉਹਨੂੰ ਦਸਵੰਧ ਅਲਾਓ ਕਰਦਾ ਉਹਨਾਂ ਨੇ ਉਨੀ ਸੇਵਾ ਕੀਤੀ। ਬਟ ਜਦੋਂ ਇੱਕ ਏਜੰਸੀ ਜਾਂ ਇੱਕ ਕੋਈ ਵੀ NGO ਇੱਕ ਜਿੰਮਾ ਚੱਕਦੀ ਹੈ, ਜਿਵੇਂ ਅਸੀਂ ਇਹ ਸੋਚਿਆ ਸੀ ਕਿ ਅਸੀਂ ਹਰ ਇੱਕ ਉਸ ਪਿੰਡ ਦੇ ਵਿੱਚ ਪਹੁੰਚ ਕਰਾਂਗੇ ਜਿੱਥੇ ਪਾਣੀ ਆਇਆ, ਹਰ ਇੱਕ ਉਸ ਪਿੰਡ ਦੇ ਵਿੱਚ ਕੋਈ ਵੀ ਇਹੋ ਜਿਹਾ ਕਿਸਾਨ ਨਾ ਰਵੇ ਜਿਹਨੂੰ ਖਾਦ ਨਾ ਪਹੁੰਚੇ। ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਕੇ ਜਿਹੜਾ ਟਾਈਮ ਪੀਰੀਅਡ ਸੀਗਾ ਅਸੀਂ ਉਸ ਟਾਈਮ ਪੀਰੀਅਡ ਦੇ ਵਿੱਚ ਜਿੰਨੇ ਮੈਕਸੀਮਮ ਕਿਸਾਨ ਅਸੀਂ ਕਵਰ ਕਰ ਸਕਦੇ ਅਸੀਂ ਸਾਰੇ ਕਿਸਾਨ ਕਵਰ ਕੀਤੇ। ਇੱਦਾਂ ਹੀ ਅਸੀਂ ਇਹ ਕਮਿਟਮੈਂਟ ਕੀਤੀ ਸੀ ਕਿ ਕੋਈ ਵੀ ਘਰ ਇਹੋ ਜਿਹਾ ਨਹੀਂ ਰਹੇਗਾ ਕਿ ਜਿਹੜਾ ਪਾਣੀਆਂ ਦੇ ਨਾਲ ਜਾਂ ਹੜ੍ਹਾਂ ਦੇ ਨਾਲ ਟੁੱਟਿਆ ਹੋਵੇ, ਉਹਦੇ ਕੋਲੇ ਛੱਤ ਨਾ ਹੋਵੇ। ਤੇ ਖਾਲਸਾ ਏਡ ਦੇ ਵੱਲੋਂ ਉਹ ਹਰ ਇੱਕ ਪਰਿਵਾਰ ਦੀ ਛੱਤ ਪਊਗੀ ਜਿਹਦਾ ਹੜ੍ਹਾਂ ਦੇ ਕਰਕੇ ਨੁਕਸਾਨ ਹੋਇਆ। ਸੋ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਵੀਰ ਭੈਣ, ਹਰ ਇੱਕ NGO, ਚਾਹੇ ਉਹ ਆਪਣੇ ਏਰੀਆ ਦੇ ਵਿੱਚ ਛੋਟੇ ਲੈਵਲ ਤੇ ਫੰਡਸ ਇਕੱਠੀਆਂ ਕਰ ਰਹੀ ਹੈ, ਚਾਹੇ ਉਹ ਹੋਰ ਕਿਤੇ ਵੀ ਆਪਣਾ ਸਪੋਰਟ ਕਰਨੀਆਂ ਚਾਹੁੰਦੀ ਹੈ ਕਿ ਆਪਾਂ ਪ੍ਰੋਪਰਲੀ ਕੋਆਰਡੀਨੇਸ਼ਨ ਦੇ ਨਾਲ ਇਹ ਪ੍ਰੋਜੈਕਟਸ ਨੂੰ ਹਮੇਸ਼ਾ ਆਪਾਂ ਐਕਸ਼ਨ ਲਿਆਇਆ ਕਰੀਏ। ਕਿਉਂਕਿ ਕਈ ਵਾਰ ਇਹਨਾਂ ਦੇ ਕਰਕੇ ਬਹੁਤ ਜ਼ਿਆਦਾ ਲੋੜਵੰਦ ਪਰਿਵਾਰ ਹੈ ਜਿਹੜੇ ਉਹ ਮਿਸ ਹੋ ਜਾਂਦੇ ਆ। ਸਾਨੂੰ ਲੱਗਦਾ ਕਿ ਅੱਛਾ ਉੱਥੇ ਇਸ ਬੰਦੇ ਨੇ ਜਾਂ ਇਸ ਏਜੰਸੀ ਨੇ ਕੰਮ ਕਰ ਦਿੱਤਾ ਹੋਣਾ, ਬਟ ਐਕਚੁਅਲ ਦੇ ਵਿੱਚ ਉਹ ਕੀਤਾ ਨਹੀਂ ਹੁੰਦਾ ਜਾਂ ਥੋੜ੍ਹੇ ਲੈਵਲ 'ਤੇ ਕੀਤਾ ਹੁੰਦਾ। ਉਸ ਚੀਜ਼ ਦੇ ਵਿੱਚ ਜਿਹੜਾ ਜੈਨੂਇਨ ਕਿਸਾਨ ਹੈ ਉਹ ਵੀ ਜਿਹੜਾ ਵਿਚਾਰਾ ਉਹ ਛੁੱਟ ਜਾਂਦਾ। ਸੋ ਦੂਜੀ ਚੀਜ਼ ਭਾਜੀ, ਇੱਕ ਮੈਂ ਲਾਈਵ ਦੇ ਦੌਰਾਨ ਇਹ ਵੀ ਸ਼ੇਅਰ ਕਰਨਾ ਚਾਹੁੰਦਾ, ਕਿਉਂਕਿ ਜਦੋਂ ਇਹ DAP ਡਿਸਟ੍ਰੀਬਿਊਟ ਕੀਤੀ, ਕਹਿੰਦਾ ਕਿ ਹਰ ਇੱਕ ਪ੍ਰੋਜੈਕਟ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਕਿ ਨੈਗੇਟਿਵ ਕੀ ਮਿਲਿਆ ਉਸ ਚੀਜ਼ 'ਚੋਂ। ਸੋ ਨੈਗੇਟਿਵ ਵੀ ਬੜੀਆਂ ਇੱਕ ਵੱਡਾ ਪੁਆਇੰਟ ਸਾਹਮਣੇ ਆਇਆ ਕਿ ਜਿਹੜੇ ਪਿੰਡਾਂ ਦੇ ਕਈ ਸਰਪੰਚਾਂ ਨੇ ਬਹੁਤ ਵਧੀਆ ਲੈਵਲ 'ਤੇ ਸਾਡੇ ਨਾਲ ਦਿਨ ਰਾਤ ਇੱਕ ਕਰਕੇ ਸਾਡੇ ਨਾਲ ਕੋਆਪਰੇਟ ਕੀਤਾ, ਲਿਸਟਾਂ ਤਿਆਰ ਕਰਾਈਆਂ, ਅਸੈਸਮੈਂਟ ਕਰਾਈ ਸਾਨੂੰ, ਔਰ ਕਈ ਸਰਪੰਚਾਂ ਨੇ ਆਪਣੀ ਇਹੋ ਜਿਹੀ ਇਮੇਜ ਦਿਖਾਈ ਕਿ ਫੇਕ ਚੀਜ਼ਾਂ ਲਿਖਾ ਲਿਖਾ ਕੇ ਉਹਨਾਂ ਨੇ ਗਲਤ ਪਰਿਵਾਰਾਂ ਨੂੰ ਵੀ DAP ਜਿਹੜੀ ਸਾਡੇ ਥਰੂ ਡਿਸਟ੍ਰੀਬਿਊਟ ਕਰਵਾਈ, ਜਿਹੜੀ ਕਿ ਸਾਨੂੰ ਹੁਣ ਜਦੋਂ ਪਿੰਡਾਂ 'ਚੋਂ ਫੋਨ ਆਉਂਦੇ ਨੇ ਸਾਡੇ ਦਫ਼ਤਰਾਂ ਦੇ ਵਿੱਚ ਕਿ ਆਹ ਪਰਿਵਾਰ ਨੂੰ ਜ਼ਿਆਦਾ ਬੈਗ ਚਲੇ ਗਏ। ਸੋ ਅਸੀਂ ਐਟ ਲਾਸਟ ਇਹ ਚੀਜ਼ ਰਿਜ਼ਲਟ ਕੱਢਦੇ ਹਾਂ ਕਿ ਜਿਹੜੇ ਵੀ ਪਰਿਵਾਰ ਜਿਨ੍ਹਾਂ ਨੂੰ ਅਸੀਂ ਏਡ ਦਿੱਤੀ ਹੈ ਜਾਂ ਜਿਹੜੇ ਖਾਦ ਲੈ ਕੇ ਗਏ ਜਾਂ ਕੋਈ ਵੀ ਸਮਾਨ ਖਾਣ ਪੀਣ ਦਾ ਵੀ ਖਾਲਸਾ ਏਡ ਵੱਲੋਂ ਉਹਨਾਂ ਕੋਲੇ ਗਿਆ, ਜੇ ਉਹ ਇਸ ਨਿਗਾਹ ਦੇ ਨਾਲ ਵੀ ਅਸੀਂ ਝੂਠ ਕਰਕੇ ਜਾਂ ਝੂਠ ਰਿਕਾਰਡ ਦਿਖਾ ਕੇ ਅਸੀਂ ਲੈ ਲਵਾਂਗੇ ਤੇ ਦੇਣਦਾਰ ਉਹ ਹੈ। ਸੋ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜੈਨੂਇਨ ਪਰਿਵਾਰਾਂ ਤੱਕ ਪਹੁੰਚ ਕਰ ਸਕੀਏ, ਬਟ 5-10% ਇਹੋ ਜਿਹੇ ਵੀ ਲੋਕ ਇਸ ਸੋਸਾਇਟੀ ਵਿੱਚ ਸਾਨੂੰ ਨਜ਼ਰ ਆਏ ਕਿ ਜਿਨ੍ਹਾਂ ਨੇ ਇਸ ਚੀਜ਼ ਦਾ ਨਜਾਇਜ਼ ਫਾਇਦਾ ਉਠਾਉਣ ਦੀ ਵੀ ਕੋਸ਼ਿਸ਼ ਕੀਤੀ। ਪਰ ਇਹ ਪ੍ਰੋਬਲਮ, ਸਾਡੀ ਇਹ ਪ੍ਰੋਬਲਮ ਹੈ ਨਾ, ਜਿੱਦਾਂ ਸਾਡੇ ਪੰਜਾਬ ਦੇ ਵਿੱਚ ਜਿਹੜੀ ਸੇਵਾ ਚੱਲਦੀ ਆ, ਤੇ ਜਦੋਂ ਅਸੀਂ ਜਾਂ ਕੋਈ ਪਰਿਵਾਰਾਂ ਦਾ ਹੱਥ ਫੜਿਆ ਜਾਂ ਗਰੀਬ ਦਾ ਹੱਥ ਫੜਿਆ ਜਾਂ ਸ਼ਹੀਦ ਪਰਿਵਾਰਾਂ ਦਾ ਹੱਥ ਫੜਿਆ, ਸਾਡੇ ਨਾਲ ਹੇਰਾ ਫੇਰੀ ਹੋਈ ਆ। ਤੇ ਇਹ ਕਈ ਵਾਰੀ ਸੰਗਤ ਸਮਝਦੀ ਨਹੀਂ ਗੀ ਭਈ
ਕਿੰਨਾ ਔਖਾ ਆ ਕੰਮ ਕਰਨਾ ਸਾਨੂੰ ਸਾਨੂੰ ਮੈਂ ਆਪ ਦੇਖਿਆ ਇੱਕ ਵਾਰੀ ਕਈ ਪਰਿਵਾਰ ਜਿਹੜੇ ਫਿਰ ਸਾਨੂੰ ਕਹਿੰਦੇ ਘਰ ਬਣਾ ਦਾ ਘਰ ਬਣਾ ਤਾਂ ਦੂਜੇ ਦਿਨ ਕਿਰਾਏ ਤੇ ਚਾੜਤਾ ਆਪ ਕਿਤੇ ਹੋਰ ਰਹਿੰਦੇ ਜਾ ਕੇ ਸੋ ਕੰਮ ਕਰਨਾ ਔਖਾ ਹੈ ਤੁਸੀਂ ਜੋ ਕਦਮ ਚੱਕਿਆ ਸਾਨੂੰ ਪਤਾ ਉਹਦੇ ਵਿੱਚ ਇੱਦਾਂ ਦੀ ਪ੍ਰੋਬਲਮ ਆਉਣੀਆਂ ਆ ਇੱਦਾਂ ਦੀਆਂ ਮੁਸ਼ਕਿਲਾਂ ਆਉਣੀਆਂ ਵੀ ਤੁਹਾਨੂੰ ਹੇਰਾ ਫੇਰੀ ਕੋਸ਼ਿਸ਼ ਕਰਨੀ ਪਰ ਤੁਸੀਂ ਜੋ ਕਰ ਰਹੇ ਕੋਸ਼ਿਸ਼ ਕਰ ਰਹੇ ਭਾਈ ਇਨਸਾਨੀਅਤ ਤੌਰ 'ਤੇ ਬੰਦੇ ਸ਼ਾਇਦ ਇੱਦਾਂ ਦੇ ਸਮੇਂ 'ਤੇ ਨਾ ਕਰਨ ਹੇਰਾ ਫੇਰੀ ਮੈਂ ਤਾਂ ਵੀ ਤੁਹਾਨੂੰ ਪਤਾ ਸਾਡੇ ਪਾਸੇ ਸਾਡੀ ਪ੍ਰੋਬਲਮ ਹੈ ਪੰਜਾਬੀਆਂ ਦੀ ਭਾਈ ਇੱਕ ਦੂਜੇ ਜਿੱਦਾਂ ਭਾਈ ਖਿੱਚੀ ਜਾਓ ਜਿੱਦਾਂ ਭਾਈ ਤਹਿ ਲਾਈਓ ਇੱਕ ਦੂਜੇ ਦੀ ਜਾਂ ਪਾਰਟੀਬਾਜ਼ੀ ਵਿੱਚ ਆ ਜਾਂਦੀ ਆ ਇਹ ਸਰਪੰਚ ਜਿਹੜੇ ਆ ਗਲਤ ਆ ਇਹਨਾਂ ਨੂੰ ਮੇਰੇ ਖਿਆਲ ਦੱਸਣਾ ਚਾਹੀਦਾ ਜਾ ਕੇ ਓਪਨਲੀ ਭਾਈ ਚਿੱਠੀ ਪਾਉਣੀ ਚਾਹੀਦੀ ਹੈ ਜੋ ਤੁਸੀਂ ਕੀਤਾ ਗਲਤ ਕੀਤਾ ਫਿਰ ਪਬਲਿਕਲੀ ਨੇਮ ਐਂਡ ਸ਼ੇਮ ਦਮ ਕਿਉਂ ਇੱਦਾਂ ਦੇ ਬੰਦੇ ਬਿਲਕੁਲ ਸਰਪੰਚ ਬਣਨਾ ਚਾਹੀਦੇ ਨੇਗੇ ਬਿਲਕੁਲ ਭਾਜੀ ਇਹੀ ਹੈ ਵੀ ਜਿਹੜਾ ਮੋਦਵਾਰ ਬੰਦਾ ਪਿੰਡ ਦਾ ਹੀ ਗਲਤ ਤੁਹਾਨੂੰ ਗਾਈਡ ਕਰਨ ਲੱਗ ਜੇ ਕਿਉਂਕਿ ਸਾਡੇ ਲਈ ਹਰ ਇੱਕ ਇਲਾਕਾ ਨਵਾਂ ਹੈ ਸਾਡੇ ਲਈ ਹਰ ਇੱਕ ਪਿੰਡ ਨਵਾਂ ਹੈ ਕਿਉਂਕਿ ਜਿਹੜਾ ਉੱਥੇ ਬੰਦਾ ਪਿਛਲੇ ਕਿੰਨੇ ਸਾਲਾਂ ਤੋਂ ਉੱਥੇ ਰਹਿੰਦਾ ਸਾਡੇ ਲਈ ਉਹ ਹੀ ਇੱਕ ਪੁਆਇੰਟ ਆਫ ਕੰਟੈਕਟ ਹੈ ਅਗਰ ਉਹੀ ਤੁਹਾਨੂੰ ਗਲਤ ਗਾਈਡ ਕਰਨ ਲੱਗ ਜੇ ਕਿ ਤੁਸੀਂ ਸੇਵਾ ਕਰਨ ਜਾ ਰਹੇ ਹੋ ਤਾਂ ਆਈ ਥਿੰਕ ਇਹ ਸਭ ਤੋਂ ਵੱਡਾ ਸਾਡਾ ਵੀ ਅਸੀਂ ਰੱਬ ਨੂੰ ਦੇਣਦਾਰ ਹਾਂ ਕਿ ਇਹ ਕਿੱਦਾਂ ਦੀ ਸੋਚ ਲੈ ਕੇ ਚੱਲ ਰਹੇ ਕਿ ਜੇ ਤੁਹਾਡੇ ਲਈ ਕੋਈ ਸੇਵਾ ਕਰਨ ਲਈ ਤੁਹਾਨੂੰ ਸਹਿਯੋਗ ਦੇਣ ਲਈ ਪਹੁੰਚ ਵੀ ਰਿਹਾ ਤੁਹਾਡੇ ਪਿੰਡਾਂ 'ਚ ਅਤੇ ਤੁਹਾਨੂੰ ਉਸਦੀ ਵੀ ਕੋਈ ਰਿਸਪੈਕਟ ਨਹੀਂ ਹੈ ਅਤੇ ਤੁਸੀਂ ਫੇਕ ਰਿਕਾਰਡ ਦਿਖਾ ਰਹੇ ਹੋ ਬਟ ਸਟਿਲ ਜਿਹੜੀ ਖਾਦ ਹੈ ਉਹ ਜਿਹੜੇ ਕਿਸਾਨ ਇਸ ਦੇ ਨਾਲ ਸਾਨੂੰ ਫੋਨ ਕਰਕੇ ਜਦੋਂ ਅਪਡੇਟ ਜਾਂ ਫੀਡਬੈਕ ਦਿੰਦੇ ਆ ਸੋ ਬਹੁਤ ਪਰਿਵਾਰ ਇਹੋ ਜਿਹੇ ਨੇ ਕਿ ਜਿਹੜੇ ਅਸੀਸਾਂ ਦੇ ਰਹੇ ਨੇ ਤੇ ਜਿਹਨਾਂ ਕੋਲੇ ਕਦੇ ਖਾਦ ਪਹੁੰਚ ਨਹੀਂ ਸੀ ਸਕਦੀ ਜਾਂ ਜਿਹਨਾਂ ਨੂੰ ਕਦੇ ਟਰੈਕਟਰ ਹੀ ਨਹੀਂ ਮੁਹੱਈਆ ਹੋ ਸਕਦਾ ਸੀ ਜਾਂ ਜਿਹਨਾਂ ਕੋਲੇ ਸੰਦ ਕਿਰਾਏ ਤੇ ਲੈ ਲੈ ਕੇ ਚਲਾਉਂਦੇ ਸੀਗੇ ਅੱਜ ਉਹਨਾਂ ਪਰਿਵਾਰਾਂ ਤੱਕ ਉਹ ਸੰਦ ਉਹ ਟਰੈਕਟਰ ਚਲਾ ਰਹੇ ਨੇ ਸਾਨੂੰ ਫੋਟੋਆਂ ਖਿੱਚ ਕੇ ਭੇਜਦੇ ਆ ਵੀਡੀਓ ਬਣਾ ਕੇ ਭੇਜਦੇ ਆ ਕਿ ਤੁਹਾਡਾ ਟਰੈਕਟਰ ਅੱਜ ਅਸੀਂ ਵਰਤ ਰਹੇ ਹਾਂ ਆਪਣਾ ਖੇਤ ਵਾ ਰਹੇ ਹਾਂ ਸੋ ਇਹ ਜਿਹੜੀ ਇੱਕ ਪੋਜ਼ਿਟਿਵ ਫੀਡਬੈਕ ਹੈ ਇਹੀ ਉਹ ਸਾਨੂੰ ਅੱਗੇ ਵਧਣ ਲਈ ਜਿਹੜਾ ਰਾਹ ਦਿਖਾਉਂਦੀ ਹੈ ਤੇ ਅਸੀਂ ਇਹ ਜਿਹੜੀ ਨੈਗੇਟਿਵ ਚੀਜ਼ਾਂ 5-10% ਜਿਹੜੇ ਆ ਸਰਪੰਚ ਕਹਿ ਲਓ ਜਾਂ ਲੋਕ ਕਹਿ ਲਓ ਇਹ ਹੁੰਦੇ ਨੇ ਅਸੀਂ ਇਹਨਾਂ ਨੂੰ ਭੁੱਲ ਦਿੰਦੇ ਹਾਂ ਕਿ ਚਲੋ ਜਿਹੜੀ ਸੰਗਤ ਹੈ ਉਹ ਮੈਜੋਰਿਟੀ ਸਾਨੂੰ ਸਪੋਰਟ ਕਰ ਰਹੀ ਹੈ ਪਿਆਰ ਦੇ ਰਹੀ ਹੈ ਤੇ ਚੰਗੀ ਫੀਡਬੈਕ ਦੇ ਰਹੀ ਹੈ ਨੈਗੇਟਿਵ ਚੀਜ਼ਾਂ ਅਸੀਂ ਸਿੱਖਦੇ ਬਹੁਤ ਹੈ ਨਾ ਨੈਗੇਟਿਵ ਸਿੱਖ ਰਹੇ ਹਾਂ ਤੁਹਾਨੂੰ ਜਿੱਦਾਂ ਨਥਿੰਗ ਟੀਚਸ ਯੂ ਮੋਰ ਦੈਨ ਨੈਗੇਟਿਵ ਜਾਂ ਨੈਗੇਟਿਵ ਚੀਜ਼ ਤੁਹਾਨੂੰ ਬਹੁਤ ਸਿੱਖਣਾ ਮਿਲਦਾ ਹੈ ਵੀ ਬੰਦੇ ਕਿੱਦਾਂ ਦੇ ਕਿੱਦਾਂ ਸਾਨੂੰ ਧਿਆਨ ਰੱਖਣਾ ਪੈਣਾ ਕਿੱਦਾਂ ਰੈਕੋਰਡ ਰੱਖਣੇ ਪੈਣੇ ਪਰ ਇਹਦੇ ਵਿੱਚ ਇਹੀ ਗੱਲ ਆ ਜਾਂਦੀ ਭਾਈ ਇਹਦਾ ਮਤਲਬ ਭਾਈ ਜੇ 100 ਵਿੱਚੋਂ ਜੇ 10 ਜਿਹੜੇ ਮਾੜੇ ਨਿਕਲੇ ਅਸੀਂ ਕੰਮ ਰੋਕ ਦਈਏ ਤਾਂ ਕੰਮ ਚੱਲੀ ਜਾਂਦਾ ਆ ਬਿਲਕੁਲ 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 ਉਹ ਆਪੇ ਹੀ ਉਹਨਾਂ ਨੂੰ ਦੇ ਹੈਵ ਟੂ ਡੀਲ ਵਿਦ ਦੇ ਪਰ ਮੇਰੇ ਖਿਆਲ ਸਾਡੇ ਉਹ ਚਿੱਠੀਆਂ ਪਾਉਣੀਆਂ ਚਾਹੀਦੀਆਂ ਸਰਪੰਚਾਂ ਨੂੰ ਵੀ ਤੁਸੀਂ ਜੋ ਕੀਤਾ ਗਲਤ ਕੀਤਾ ਅਸੀਂ ਸਹਿਮਤ ਨਹੀਂ ਤੁਹਾਡੇ ਨਾਲ ਤੇ ਨਾਲੇ ਪੰਚਾਇਤ ਨੂੰ ਤੇ ਨਾਲੇ ਸਰਪੰਚ ਚਿੱਠੀ ਪਾਉਣੀ ਚਾਹੀਦੀ ਆ ਅਫੀਸ਼ਲੀ ਰੈਕੋਰਡ ਭਾਈ ਤੁਸੀਂ ਜੋ ਕੀਤਾ ਗਲਤ ਕੀਤਾ ਇਹ ਆਪਣਾ ਰੈਕੋਰਡ ਰੱਖਿਓ ਫਿਰ ਲੱਗ ਜਾਂਦਾ ਪਤਾ ਕਿਉਂਕਿ ਹੁਣ ਦੇਖੋ ਉਹੀ ਮੈਂ ਕਹਿੰਦਾ ਸਾਨੂੰ ਕਹਿੰਦੇ ਤੁਸੀਂ ਕਰਦੇ ਨਹੀਂ ਪੰਜਾਬ ਲਈ ਇਹ ਨਹੀਂ ਕੀਤਾ ਪੰਜਾਬ ਦੇ ਵਿੱਚ ਜਦੋਂ ਹੜ੍ਹ ਆਏ ਖਾਲਸਾ ਏਡ ਦੇ ਬੋਲਣ 'ਤੇ ਮੇਰੇ ਖਿਆਲ ਇੱਕ ਇੱਧਰੋਂ ਇੱਧਰੋਂ ਗੁਏਰਾ ਦੂਜੇ ਪਾਸੇ ਮੋਹਰੇ ਫਰੰਟ ਲਾਈਨ 'ਤੇ 1000 ਬੰਦਾ ਸੇਵਾਦਾਰ ਹੋਣਾ ਜਿਹੜੇ ਕੁੜੀਆਂ ਮੁੰਡੇ ਮੋਹਰੇ ਆ ਕੇ ਮੇਰੇ ਖਿਆਲ ਉਸ ਵੇਲੇ ਫੌਜ ਤੋਂ ਜ਼ਿਆਦਾ ਫੌਜ ਖਾਲਸਾ ਏਡ ਦੀ ਸੀਗੀ ਨੌਜਵਾਨ ਦੀ ਤੁਸੀਂ ਜਾ ਕਿਤੇ ਬੰਨ ਕਿਤੇ ਬਣਾਉਂਦੇ ਸੀਗੇ ਜਾਂ ਕਿਤੇ ਪਾਣੀ 'ਚੋਂ ਬੰਦੇ ਨੂੰ ਰੈਸਕਿਊ ਕਰਦੇ ਸੀਗੇ ਮੇਰੇ ਖਿਆਲ 600-700 ਤਾਂ ਇੱਕਦਮ ਆ ਗਏ ਸੀ ਨਾ ਉਸ ਵੇਲੇ ਸੋ ਹੁਣ ਤੁਹਾਡੇ ਚੱਲੀ ਜਾਂਦੀ ਆ ਤੇ ਪਰ ਉਹ ਤਾਂ ਉਹੀ ਮੈਂ ਕਹਿੰਦੇ ਵੀ ਸਾਡੇ ਜਿਹੜੇ ਹੁਣ ਤੁਸੀਂ ਨਵੇਂ ਪ੍ਰੋਜੈਕਟ ਲਾਂਚ ਕਰੋਗੇ 1-2 ਦਿਨ ਦੇ ਵਿੱਚ ਸੋ ਅਸੀਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ 2-3 ਵਾਰੀ ਕਿਹਾ ਸੀਗਾ 3 ਮਹੀਨੇ ਪਹਿਲਾਂ ਹੁਣ ਵੀ ਕਹਿੰਦੇ ਹਾਂ ਜੇ ਕੋਈ ਸੰਸਥਾ ਸਾਡੇ ਨਾਲ ਕੰਮ ਕਰਨੀ ਚਾਹੁੰਦੀ ਆ ਤੇ ਕਹਿੰਦੇ ਪਈ ਸਾਡੇ ਤੋਂ ਨਹੀਂ ਹੋ ਰਿਹਾ ਜਾਂ ਅਸੀਂ ਮਦਦ ਚਾਹੁੰਦੀ ਸਾਡੇ ਕੋਲੋਂ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਸਾਡੇ ਗਾਈਡਲਾਈਨ ਦੇ ਵਿੱਚ ਕਰ ਸਕਦੇ ਕਿੱਦਾਂ ਸਾਡਾ ਗਾਈਡਲਾਈਨਸ ਆ ਕਿੱਦਾਂ ਕਰ ਸਕਦੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਸਾਥ ਦੇਣ ਦੀ ਕਿਉਂਕਿ ਸਾਨੂੰ ਇਹ ਵੀ ਪਤਾ ਆ ਕਈ ਮੀਡੀਆ ਚੈਨਲ ਆ ਕਈ ਗਰੁੱਪ ਆ ਜਿਹਨੇ ਸਾਨੂੰ ਝੂਠ ਬੋਲ ਬੋਲ ਕੇ
ਸੰਗਤ ਨੂੰ ਟਰਾਈ ਕੀਤਾ ਭਈ ਗਲਤ ਪਾਸੇ ਲਾਉਣ ਨੂੰ ਖਾਲਸਾ ਐਡ ਬਾਰੇ। ਮੇਰੇ ਸਾਹਮਣੇ ਇੱਕ ਚੈਨਲ ਨੇ ਲਾ ਦਿੱਤਾ, ਉਹ ਕੋਈ ਮੁੰਡਾ ਜਿਹਾ ਫੜ ਲਿਆ ਕੰਨ ਤੋਂ, ਕਹਿ ਤਾ ਤੂੰ ਕਹਿ ਦੇ ਭਈ ਖਾਲਸਾ ਨੇ ਕੁਛ ਨਹੀਂ ਕੀਤਾ, ਝੂਠ ਬੋਲਦੇ ਆਪਣੇ ਬੰਦੇ ਇੰਨਾ ਸੜਦੇ ਦੇਖ ਕੇ ਭਈ ਉਹ ਤੋਂ ਰਹਿ ਨਹੀਂ ਹੁੰਦਾ ਭਈ ਖਾਲਸਾ ਦੇ ਮਾੜਾ ਕਿੱਦਾਂ ਬੋਲਣਾ। ਪਰ ਸੰਗਤ ਜਿਹੜੀ ਸੰਗਤ ਸਿਆਣੀ ਆ, ਕਿਉਂਕਿ ਸਾਨੂੰ ਕਿ ਜਿੱਥੇ ਅਸੀਂ ਲੱਖਾਂ ਤੋਂ ਲੱਖ ਦਾ ਖਾਦ ਜਾਂ ਹੋਰ ਮਦਦ ਕਰ ਰਹੇ ਹਾਂ, ਜੇ ਕਿਸੇ ਪਿੰਡ 'ਚ 10,000 ਰੁਪਈਏ ਦੀ ਚੀਜ਼ ਨਹੀਂ ਭੇਜੀ, ਕਿਉਂ ਨਹੀਂ ਭੇਜੀ ਉਹਦੇ, ਇਹ ਅਸੀਂ ਜਾਣ ਕੇ ਰੱਖੀ ਕੋਈ ਚੀਜ਼ ਕਿੱਥੇ ਭਈ ਬੰਦੇ ਐਵੇਂ ਕੰਪਲੇਨ ਕਰਨ ਲੱਗੇ, ਬੰਦੇ ਸੋਚਦੇ ਨਹੀਂ ਕੋਈ ਹੱਦ ਵੀ ਨਹੀਂ ਗਈ ਇਹਨਾਂ ਦੀ, ਜਿਹੜੇ ਭਈ ਝੂਠ ਬੋਲਦੇ ਜਾਂ ਪ੍ਰੋਪਾਗੈਂਡਾ ਕਰਦੇ ਜਾਂ ਔਰਗਨਾਈਜੇਸ਼ਨ ਹੋਵਣ ਅਤੇ ਜਾਂ ਜਿਹੜੇ ਬੰਦੇ ਸਾਡੇ ਲੀਡਰ ਬਣ ਕੇ ਮੂਹਰੇ ਬੈਠੇ ਹੋਣ, ਉਹਦੀ ਮੈਂ ਹੁਣ ਗੱਲ ਕਰਨਾ ਚਾਹੁੰਦਾ। ਹੁਣ ਦੇਖੋ, ਹੁਣ 550 ਸਾਲ ਗੁਰਪੁਰਬ ਨਿਕਲਿਆ ਹੁਣ, ਅਤੇ ਜਿਹੜਾ ਸਾਡਾ ਕੰਮ ਆ, ਜਿਹੜਾ ਸੇਵਾ ਆ ਤੁਹਾਡੇ ਵੱਲ ਪੰਜਾਬ ਆ, ਉੱਧਰ ਹੋਰ ਦੁਨੀਆਂ 'ਚ ਸੇਵਾ ਚੱਲੀ ਜਾਂਦੀ ਆ। ਹੁਣ ਸਾਨੂੰ ਵੀ ਚਿੱਠੀ ਆਈ ਸੀ, ਤੁਹਾਨੂੰ ਪਤਾ ਵੀ ਉੱਧਰੋਂ SGPC ਤੋਂ ਜਾ ਕੇ ਸਾਡੇ ਨਾਲ ਆਵੋ, ਅਸੀਂ ਉੱਥੇ ਜਿਹੜਾ ਲਾਂਘਾ ਖੋਲ੍ਹਣਾ ਆ ਸਾਡੇ ਨਾਲ ਖੜ੍ਹੇ ਹੋ ਪਵਾ ਕੇ। ਪਰ ਮੇਰਾ ਤਾਂ ਪਰਸਨਲ ਸਟੈਂਡ ਇਹੀ ਸੀਗਾ ਉਹਦੇ ਵਿੱਚ ਵੀ, ਭਈ ਦੇਖੋ ਹੁਣ ਪੰਜਾਬ 'ਚ ਕਿੰਨੇ ਵੱਡੇ ਹੜ੍ਹ ਆਏ ਆ, ਪੰਜਾਬ 'ਚ ਕਿੰਨਾ ਉੱਥੇ ਕਿੰਨੀਆਂ ਮੁਸ਼ਕਲਾਂ ਆਈਆਂ, ਜਿਹੜੇ ਭਈ ਅਸੀਂ ਇੰਨੇ ਧੂਮਧਾਮ ਨਾਲ ਸਾਰਾ ਇੰਨਾ ਪੈਸਾ ਖਰਚਿਆ, ਉੱਥੇ ਕਿਉਂ ਨਹੀਂ ਖਰਚਿਆ, ਉਸ ਵੇਲੇ ਕਿਉਂ ਨਹੀਂ ਖਰਚਿਆ, ਉਸ ਵੇਲੇ ਅਸੀਂ ਕਿਸਾਨਾਂ ਨਾਲ ਕਿਉਂ ਨਹੀਂ ਖੜ੍ਹੇ ਹੋਏ ਪੰਜਾਬ 'ਚ ਜਦੋਂ ਲੋੜ ਸੀ, ਭਾਵੇਂ ਜਦੋਂ ਅਸੀਂ ਕੋਈ ਦਿਖਾਵਾ ਕਰਨਾ ਇੱਕਦਮ ਮੋਹਰੇ ਹੋਏ ਨੇ। ਉਹੀ ਫਿਰ ਪੋਲੀਟੀਸ਼ੀਅਨ ਮੋਹਰੇ ਆ ਜਾਂਦੇ ਆ ਸਰੋਪੇ ਪਾਉਣ ਨੂੰ, ਜਿਹੜੇ ਪੋਲੀਟੀਸ਼ੀਅਨ ਦੱਬ ਰਹੇ ਆ। ਸੇ ਸਾਡਾ ਉੱਥੇ ਬਣਦਾ, ਉੱਥੇ ਜਾਣ ਦਾ ਕੋਈ ਉੱਥੇ ਕੋਈ ਰੀਜ਼ਨ ਨਹੀਂ ਸੀਗਾ, ਪਰ ਇਹਦਾ ਮਤਲਬ ਨਹੀਂ ਸੀ। ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਦਾ ਇੱਥੇ, ਜਿਹੜਾ ਸਭ ਤੋਂ ਵੱਧ ਅਫੈਕਟਿਡ ਏਰੀਆ ਸੀਗਾ ਉਹ ਜਿੱਥੇ ਗੁਰੂ ਨਾਨਕ ਸਾਹਿਬ ਦਾ 550 ਸਾਲਾ ਗੁਰਪੁਰਬ ਮਨਾਇਆ ਜਾ ਰਿਹਾ ਸੀਗਾ, ਸੁਲਤਾਨਪੁਰ ਲੋਧੀ, ਉਸ ਦੇ ਨਾਲ 2-3 ਕਿਲੋਮੀਟਰ ਤੇ ਉਹ ਏਰੀਆ ਅਫੈਕਟਿਡ ਸੀਗਾ, ਈਵਨ ਕਿ ਸੁਲਤਾਨਪੁਰ ਲੋਧੀ ਦੇ ਨਾਲ ਪਿੰਡ ਜਿਹੜੇ ਸਾਰੇ ਅਫੈਕਟਿਡ ਸੀ। ਔਰ ਜਿਹੜਾ ਇੱਕ ਭਾਈ ਮਰਦਾਨਾ ਜੀ ਦਾ, ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਲ ਰਹੇ, ਉਹਨਾਂ ਦਾ ਜਿਹੜਾ ਮੇਨ ਜਿੱਥੇ ਪਿੰਡ ਸੀ, ਜਿੱਥੇ ਇੱਕ ਇਤਿਹਾਸਿਕ ਗੁਰਦੁਆਰਾ ਉਹਨਾਂ ਦੇ ਨਾਮ ਤੇ ਸੁਸ਼ੋਭਿਤ ਹੈ, ਉਸ ਪਿੰਡ ਦੇ ਵਿੱਚ ਅੱਜ ਤੋਂ 10 ਦਿਨ ਪਹਿਲਾਂ, ਅੱਜ ਤੋਂ 10-12 ਦਿਨ ਪਹਿਲਾਂ ਦੀ ਮੈਂ ਗੱਲ ਕਰ ਰਿਹਾ ਕਿ ਮਤਲਬ 3 ਮਹੀਨੇ ਦੇ ਹੋਣ ਤੋਂ ਬਾਅਦ ਵੀ ਜਿਹੜਾ 3-3 ਫੁੱਟ 4-4 ਫੁੱਟ ਪਾਣੀ ਸੀਗਾ, ਤੇ ਉੱਥੇ ਮੋਟਰਾਂ ਦੇ ਨਾਲ ਪੰਪਾਂ ਦੇ ਨਾਲ ਖਾਲਸਾ ਦੇ ਵੱਲੋਂ ਜਿਹੜਾ ਪਾਣੀ ਕੱਢਿਆ ਜਾ ਰਿਹਾ ਸੀ। ਔਰ ਕਈ ਲੋਕਾਂ ਨੇ ਸਾਨੂੰ ਸਪੈਸ਼ਲੀ ਮੈਨੂੰ ਮੈਸੇਜਸ ਵੀ ਕੀਤੇ ਔਰ ਟੌਂਟ ਵੀ ਕੀਤਾ ਕਿ ਤੁਸੀਂ ਕਿਉਂ ਨਹੀਂ ਕੁਛ ਕਰ ਰਹੇ 550 ਸਾਲਾਂ ਤੇ। ਔਰ ਮੇਰਾ ਵੀ ਜਵਾਬ ਇਹੀ ਸੀਗਾ ਜੋ ਤੁਸੀਂ ਗੱਲ ਕੀਤੀ ਹੈ ਕਿ ਜਿੱਥੇ ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਤੁਸੀਂ ਗੁਰਪੁਰਬ ਮਨਾਉਂਦੇ ਪਏ ਹੋ, ਤੇ ਉਹਦੇ ਨਾਲ ਜਿਹੜੇ ਉਸੇ ਪਿੰਡ ਦੇ ਕਿਸਾਨ ਨੇ ਉਹ ਵਿਚਾਰੇ ਉਹ 3 ਮਹੀਨਿਆਂ ਤੋਂ ਪਾਣੀਆਂ ਦੇ ਵਿੱਚ ਫਸੇ ਹੋਏ ਨੇ, ਉਹਨਾਂ ਦੀ ਫਸਲਾਂ ਮਰੀਆਂ ਹੋਈਆਂ, ਤੇ ਸਾਡੇ ਲਈ ਗੁਰੂ ਨਾਨਕ ਸਾਹਿਬ ਦਾ ਉਦੇਸ਼ ਇਹ ਸਮਾਗਮਾਂ ਦੇ ਉੱਤੇ ਸਟੇਜਾਂ ਦੇ ਉੱਤੇ ਬੈਠਣ ਦਾ ਹੈ, ਜਾਂ ਅਸੀਂ ਉਹ ਫਸਲਾਂ ਦੇ ਵਿੱਚੋਂ ਪਾਣੀ ਕੱਢੀਏ। ਸੋ ਇਹ ਜਿਹੜੀ ਅੱਜ ਪ੍ਰੈਕਟੀਕੈਲਿਟੀ ਦੀ ਲੋੜ ਹੈ ਕਿ ਪ੍ਰੈਕਟੀਕਲੀ ਅਸੀਂ ਕੀ ਕਰ ਰਹੇ ਹਾਂ, ਜੇ ਜਾਂ ਸਾਨੂੰ ਕੀ ਦੱਸਿਆ ਗਿਆ ਸੀ ਤੇ ਅਸੀਂ ਕਿਹੜੇ ਪਾਸੇ ਨੂੰ ਤੁਰੇ ਹਾਂ, ਸਾਨੂੰ ਇਹ ਸਮਝਣ ਦੀ ਜ਼ਿਆਦਾ ਲੋੜ ਹੈ ਭਾਈ ਸਾਹਿਬ। ਨਹੀਂ, ਉਹੀ ਬਿਲਕੁਲ ਉਹੀ ਗੱਲ ਕੀਤੀ ਨਾ, ਜਦੋਂ ਮੈਨੂੰ ਕੋਈ ਚਿੱਠੀ ਮੈਨੂੰ ਆਈ ਸੀ ਇੱਥੇ ਆਫਿਸ ਦੇ ਵਿੱਚ SGPC ਤੋਂ, ਭਾਈ ਲੌਂਗੋਵਾਲਾਂ ਤੋਂ, ਭਈ ਤੁਸੀਂ ਅਟੈਂਡ ਕਰੋ ਇਹਦਾ, ਭਈ ਅਸੀਂ ਕਿੱਦਾਂ ਅਟੈਂਡ ਕਰ ਸਕਦੇ ਹਾਂ, ਭਈ ਜਿਹੜੇ ਭਈ ਸਾਡੇ ਜਥੇਬੰਦੀ ਆ ਜਿਹੜੀ ਦੁਨੀਆਂ 'ਚ ਦੇਖਦੇ ਭਈ ਸਾਡੇ ਪੰਜਾਬ ਲਈ ਕੁਛ ਕਰੇ, ਇੰਨੀਆਂ ਮੁਸੀਬਤਾਂ ਇੰਨੇ ਹੜ੍ਹ ਆਏ ਆ, ਪਰ ਅਸੀਂ ਦਿਖਾਵਾ ਕਰਨ ਨੂੰ ਤਾਂ ਸਰੋਪੇ ਪਾਉਣ ਨੂੰ, ਮੈਂ ਜਾ ਕੇ ਉੱਥੇ, ਜੇ ਮੈਂ ਉੱਥੇ ਜਾ ਕੇ ਸਰੋਪਾ ਪਵਾਵਾਂ ਜਾ ਕੇ ਮੋਹਰੇ ਹੋ ਕੇ, ਤਾਂ ਇਹਦਾ ਮਤਲਬ ਮੈਨੂੰ ਤੁਸੀਂ ਫਾਹਾ ਦੇ ਰਹੇ ਹਾਂ, ਬਿਕੋਜ਼ ਉੱਥੇ ਦੂਜੇ ਪਾਸੇ ਸਾਡੇ ਕਿਸਾਨ ਜਦੋਂ ਡੁੱਬ ਰਹੇ ਸੀਗੇ, ਪਾਣੀ ਹੁਣ ਵੀ ਡੁੱਬਿਆ ਉੱਥੇ, ਉੱਥੇ ਕੋਈ ਮਦਦ ਨਹੀਂ ਕਰਨੀ। ਪਰ ਜਾ ਕੇ ਨਵੇਂ ਨਵੇਂ ਸਟੇਜ ਬਣਾਉਣੇ ਜਾ ਕੇ, ਕਈ ਵਾਰੀ ਇਹ ਗੱਲ ਕੌੜੀਆਂ ਲੱਗਦੀਆਂ, ਫਿਰ ਸਾਨੂੰ ਮੁੜ ਕੇ ਸੱਦਣਾ ਨਹੀਂ ਗਾ, ਨਹੀਂ ਸੱਦਣਾ ਨਾ ਸੱਦੋ, ਸਾਨੂੰ ਕੀ ਆ। ਪਰ ਗੱਲ ਇੱਥੇ ਆਉਂਦੀ ਆ, ਸਾਡਾ ਜਿਹੜਾ 550 ਸਾਲ ਰੋਜ਼ ਹੀ ਸਾਡਾ ਸਾਡੇ ਲਈ ਆ, ਸਾਡੇ ਕੋਈ ਡਿਫਰੈਂਸ ਨਹੀਂ ਆ, 549 ਹੋਵੇ, 550 ਹੋਵੇ, ਗੁਰੂ ਨਾਨਕ ਦੇਵ ਸਾਡੇ ਨਾਲ ਆ, ਅਸੀਂ ਗੁਰੂ ਨਾਨਕ ਦੇਵ ਨਾਲ ਆ, ਅਤੇ ਜੋ ਤੁਸੀਂ ਮੋਹਰੇ ਹੋ ਕੇ ਸਕੀਮ ਕਰ ਰਹੇ, ਜਿੱਦਾਂ ਸੁਲਤਾਨਪੁਰ ਲੋਧੀ ਦੀ ਗੱਲ ਕੀਤੀ, ਪਿੰਡ ਡੁੱਬੇ ਪਏ ਪਾਣੀ ਦੇ ਵਿੱਚ,
ਤੇ ਅਸੀਂ ਕਰੋੜਾਂ ਤੇ ਕਰੋੜ ਖਰਚ ਰਹੇ ਪ੍ਰੋਗਰਾਮ ਤੇ, ਤੇ ਗੁਰੂ ਨਾਨਕ ਦੇਵ ਦੀ ਸੋਚ ਕਿੱਥੇ ਗਈ? ਫਿਰ ਕਿੱਥੇ ਗਈ? ਜਿਹੜੇ ਜਿਹੜੇ ਕਿਸਾਨ ਜਿਹੜੇ ਰੋਂਦੇ ਪਿੱਟਦੇ ਆ ਵੀ ਸਾਡਾ ਕੀ ਬਣੂਗਾ, ਸਾਡੇ ਕੋਈ ਹੈ ਨਹੀਂਗਾ, ਉੱਥੇ ਤੁਸੀਂ ਜਾ ਕੇ ਖੜੇ ਹੋਏ ਆ, ਤੁਸੀਂ ਸੇਵਾ ਕੀਤੀ ਆ, ਉਹ ਪਿੰਡਾਂ ਨੂੰ ਤੁਸੀਂ ਮੁੜ ਕੇ ਉਠਾਲਿਆ, ਪੈਰਾਂ 'ਤੇ ਖੜੇ ਕੀਤਾ। ਜੇ ਤੁਸੀਂ ਨਹੀਂ ਕਰਦੇ, ਤੁਸੀਂ ਵੀ ਜਾ ਕੇ ਉੱਥੇ ਪਰੋਣ ਜਾ ਕੇ ਵੜ ਜਾਂਦੇ, ਸਰੋਪੇ ਪਵਾਵੇ ਜਾ ਕੇ ਤੁਸੀਂ ਵੀ 100 ਸਾਰਿਆਂ ਪਾਸੇ ਵੀ ਖਾਲਸਾ ਸਾਈਡ ਆ ਗਈ ਆ, ਸਰੋਪੇ ਪਾ ਲਓ, ਕੀ ਬਣਨਾ ਸੀਗਾ? ਅਸੀਂ ਉਹਨਾਂ ਨਾਲ ਖੜੇ ਹਾਂ ਜਿਹੜੇ ਭਾਈ ਜਾਂ ਕੋਈ ਦੱਬਿਆ ਪਿਆ ਇਨਜਸਟਿਸ ਏ, ਬੇਇਨਸਾਫੀ 'ਤੇ, ਜਾਂ ਕੋਈ ਹਾਦਸਾ ਆ ਗਿਆ, ਕੋਈ ਡਿਜ਼ਾਸਟਰ ਆ ਗਿਆ, ਅਸੀਂ ਉਹਨਾਂ ਬਿਲਕੁਲ ਖੜੇ ਹਾਂ। ਉਸ ਵੇਲੇ ਅਸੀਂ ਵੀ ਰਿਫਿਊਜੀਆਂ ਦੇ ਕੈਂਪ ਸੀਗੇ ਉੱਥੇ ਇਰਾਕ ਦੇ ਵਿੱਚ ਵੀ, ਜਿੱਥੇ ਪਾਣੀ ਦੀ ਬਹੁਤ ਲੋੜ ਸੀ, ਬਹੁਤ ਹੀ ਪਾਣੀ ਲੋੜ ਸੀ। ਸੋ ਕਈ ਕੈਂਸਲ ਕੀਤੇ ਪ੍ਰੋਗਰਾਮ, ਪਰ ਸਾਨੂੰ ਸੰਘ ਨੂੰ ਸੋਚਣਾ ਪੈਣਾ ਭਾਈ ਅਸੀਂ ਕਿੱਥੇ ਜਾ ਰਹੇ। ਤੁਸੀਂ ਬਹੁਤ ਵਧੀਆ ਗੱਲ ਕੀਤੀ ਆ, ਸੁਲਤਾਨਪੁਰ ਲੋਧੀ ਦੇ ਵੱਡੇ ਵੱਡੇ ਪ੍ਰੋਗਰਾਮ ਬਣਾਏ ਗਏ, ਪਰ ਪਿੰਡ ਡੁੱਬੇ ਪਏ ਪਾਣੀ 'ਚ। ਕਿਉਂਕਿ ਭਾਜੀ ਕਈ ਵਾਰ ਅਕਸਰ ਅਸੀਂ ਗੱਲ ਕਰਦੇ ਹਾਂ ਨਾ, ਤਾਂ ਹਰ ਇੱਕ ਕੋਈ ਕਹਿੰਦਾ ਅੱਛਾ ਇਰਾਕ ਦੇ ਵਿੱਚ ਕੀ ਹੋ ਰਿਹਾ, ਸਾਨੂੰ ਤਾਂ ਪਤਾ ਹੀ ਨਹੀਂ, ਸਾਡੇ ਤੱਕ ਨਿਊਜ਼ ਚੈਨਲ 'ਤੇ ਨਹੀਂ ਆਉਂਦਾ, ਖਬਰ ਨਹੀਂ ਆਈ। ਅੱਛਾ ਤੁਸੀਂ ਕੇਰਲਾ ਦੇ ਵਿੱਚ ਕੰਮ ਕਰ ਰਹੇ ਹੋ, ਸਾਨੂੰ ਤਾਂ ਪਤਾ ਹੀ ਨਹੀਂ, ਕਿਉਂਕਿ ਸਾਡੇ ਉਰੇ ਆਲੇ ਦੁਆਲੇ ਸਾਰਾ ਕੁਛ ਠੀਕ ਹੈ। ਬਟ ਮੈਂ ਪ੍ਰੈਕਟੀਕਲੀ ਗੱਲ ਕਰ ਰਿਹਾ ਕਿ ਜਿਹੜੇ ਇਲਾਕੇ ਦੇ ਵਿੱਚ ਅਸੀਂ ਲੰਗਰਾਂ ਦੇ 550 ਸਟਾਲ ਲਗਾਏ ਨੇ, ਜਿਹੜੇ ਇਲਾਕੇ ਦੇ ਵਿੱਚ ਅਸੀਂ ਵੱਡੀ ਸਟੇਜਿਸ ਲਾ ਕੇ ਸਾਰੇ ਸਮਾਗਮ ਉਲੀਕੇ ਨੇ, ਉਸ ਜਗ੍ਹਾ ਦੇ 1 ਕਿਲੋਮੀਟਰ ਦੇ ਵਿੱਚ, 2 ਕਿਲੋਮੀਟਰ ਦੇ ਵਿੱਚ ਜਿਹੜੇ ਪਿੰਡ ਪਾਣੀ 'ਚ ਨੇ, ਜਿਹਨਾਂ ਦੇ ਖੇਤ ਪਾਣੀ 'ਚ ਡੁੱਬੇ ਨੇ, ਜਾਂ ਜਿਹੜੇ ਕਿਸਾਨ ਅਜੇ ਖੜੇ ਹੀ ਨਹੀਂ ਹੋ ਪਾ ਰਹੇ, ਸਾਨੂੰ ਠੀਕ ਹੈ ਆਪਾਂ ਇਹ ਵੀ ਕੰਮ ਕਰੀਏ, ਵੱਡੇ ਵੱਡੇ ਸਾਨੂੰ ਇਹ ਦਿਹਾੜੇ ਮਨਾਉਣੇ ਚਾਹੀਦੇ ਨੇ, ਸਾਡੇ ਪਿਓ ਦੇ ਦਿਹਾੜੇ ਨੇ, ਪਰ ਨੀਚੇ ਆ ਕੇ ਪਾਣੀਆਂ ਦੇ ਹੇਠਾਂ ਆ ਕੇ ਮਰ ਗਿਆ, ਹੜਾਂ ਦੇ ਨਾਲ ਉਹ ਮਰੀ ਜਾ ਰਿਹਾ, ਤੇ ਉਹ ਉਹਨੂੰ ਖੜਾ ਨਹੀਂ ਕਰ ਪਾ ਰਹੇ, ਤੇ ਅਸੀਂ ਇੰਨਾ ਕਰੋੜਾਂ ਰੁਪਇਆ ਲਗਾਉਣਾ ਸਾਡੇ ਲਈ, ਸਾਨੂੰ ਸੋਚਣ ਦੀ ਲੋੜ ਆ, ਸਾਨੂੰ ਥੋੜਾ ਜਿਹਾ ਰਿਵਾਈਜ਼ ਕਰਨ ਦੀ ਲੋੜ ਹੈ ਕਿ ਅਸੀਂ ਪੈਰਲਲ ਨਾਲ ਸਿਸਟਮ ਇੱਕ ਹੋਰ ਚਲਾਈਏ ਜਿੱਥੇ ਇਹਨਾਂ ਨੂੰ ਹੋਰ ਸਟਰੋਂਗ ਕਰ ਸਕੀਏ। ਅਸੀਂ ਪੰਜਾਬ ਦੇ ਕਿਸਾਨਾਂ ਦੇ ਐਡੇ ਇਸ਼ੂਜ਼ ਹਾਈਲਾਈਟ ਕਰਦੇ ਹਾਂ, ਫਿਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਕਿੱਦਾਂ ਸੋਲਵ ਕਰੀਏ, ਅਸੀਂ ਕੀ ਕਰੀਏ, ਵੱਡੀ ਵੱਡੀ ਕਾਨਫਰੰਸ ਕਰਦੇ ਹਾਂ, ਉੱਥੇ ਲੈਕਚਰਸ ਦਿੰਦੇ ਹਾਂ, ਬਟ ਸਾਡੇ ਨਾਲ ਅਸੀਂ ਉਹਦੇ ਨਾਲ ਲਾ ਕੇ ਖੜ ਜਾਈਏ, ਅਸੀਂ ਕਹੀਏ ਕਿ ਹਾਂ 10% ਬਜਟ ਸਾਡਾ ਇਹਨਾਂ ਦੇ ਉੱਤੇ, ਕਿਸਾਨਾਂ ਦੇ ਉੱਤੇ ਲੱਗੇਗਾ, ਸੋ ਸਾਰਾ ਕੁਝ ਸੌਰਟ ਆਊਟ ਹੋ ਸਕਦਾ। ਨਹੀਂ ਉਹੀ ਅਸੀਂ ਤਾਂ ਪਹਿਲਾਂ ਵੀ ਕਿਹਾ ਸੀਗਾ, ਜੇ SGP ਹੋਵੇ ਕੋਈ ਵੱਡੀ ਬੋਡੀ ਹੋਵੇ, ਜੇ ਕੋਈ ਸਾਡੇ ਤੋਂ ਸਲਾਹ ਲੈਣੀ ਚਾਹੁੰਦੇ, ਅਸੀਂ ਸਲਾਹ ਲਈਏ ਇੱਕ ਦੂਜੇ ਨਾਲ, ਵਿਚਾਰ ਸਾਂਝੇ ਕਰਕੇ ਤੁਰੀਏ ਪੰਜਾਬ ਲਈ, ਪੰਜਾਬ ਕਿੱਦਾਂ ਚੱਕੀ, ਉੱਧਰੋਂ ਬਿਮਾਰੀਆਂ, ਉੱਧਰੋਂ ਗਰੀਬੀ, ਉੱਧਰੋਂ ਹੜ੍ਹ ਆਏ, ਉੱਧਰੋਂ ਕੋਈ ਡਿਜ਼ਾਸਟਰ, ਉੱਧਰੋਂ ਕੋਈ ਫਸਲ ਪਿੱਛੇ ਖੇਤਾਂ 'ਚ ਰੁਲ ਗਈ। ਸੋ ਅਸੀਂ ਤਿਆਰ ਹਾਂ ਜਿੰਨਾ ਵੀ ਬਹਿ ਕੇ ਵਿਚਾਰ ਕਰਨ ਦੀ, ਪਰ ਜਿਹੜਾ ਅਗਲਾ ਕਦਮ ਚੱਕਣਾ ਪੰਜਾਬ ਲਈ, ਹੁਣ ਜਿੱਦਾਂ ਕਿਸਾਨਾਂ ਚੱਕਿਆ ਸੀ, ਅਸੀਂ GN ਨੂੰ ਕਹਿੰਦੇ, ਅਸੀਂ ਕਿਸੇ ਦੇ ਖਿਲਾਫ਼ ਨਹੀਂ ਗਏ, ਅਸੀਂ ਇਹ ਕਹਿੰਦੇ ਵੀ ਤੁਸੀਂ ਮੜ ਜਾਏ, ਵੱਡੀਆਂ ਵੱਡੀਆਂ ਜਥੇਬੰਦੀਆਂ ਜਾਂ ਸੰਸਥਾ ਜਿਹੜੀਆਂ, ਉਹਨਾਂ ਨੂੰ ਸੋਚਣਾ ਚਾਹੀਦਾ ਪੰਜਾਬ ਬਾਰੇ। ਹੁਣ ਅਸੀਂ ਜੇ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜ ਲਈ ਆ, ਹੁਣ ਤੁਸੀਂ ਪਹਿਲਾਂ ਵੀ ਕਿਹਾ ਸੀ ਗੱਲ ਕੀਤੀ, ਅਸੀਂ ਇਹ ਫੋਲੋਅਪ ਕਰਾਂਗੇ ਵੀ ਹਾਂ ਫਸਲ ਪੂਰੀ ਹੋ ਗਈ ਆ, ਜਦੋਂ ਫਸਲ ਵੱਢੂਗੇ ਵੀ ਜਾ ਕੇ ਦੇਖਾਂਗੇ ਜਾ ਕੇ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ। ਸੋ ਬਿਲਕੁਲ ਉਹੀ ਆ ਵੀ ਉਹਦਾ ਗਰੀਬਾਂ ਦਾ ਸਹਾਰਾ ਬਣੋ, ਪਰ ਸਾਡੇ ਜਿਹੜੇ ਕੋਈ ਉਹੀ ਅਸੀਂ ਸ਼ੇਅਰ ਕਰੋ ਸਾਡੇ ਪੋਸਟ, ਕੀ ਕਰ ਰਹੇ ਪੰਜਾਬ ਦੀ, ਇੰਡੀਆ ਦੀ ਟੀਮ ਕੀ ਕਰ ਰਹੀ ਆ, ਇੱਧਰ ਹੋਰ ਕੀ ਕਰ ਰਹੀ ਆ, ਪਰ ਅਸੀਂ ਜਿਹੜਾ ਸਾਡੀ ਕਮਿਟਮੈਂਟ ਆ ਪੰਜਾਬ ਦੇ ਵਿੱਚ 100% ਕਮਿਟਮੈਂਟ ਆ ਜਿਹੜੇ ਭਾਈ ਕਿਸਾਨਾਂ ਦੀ। ਸੋ ਜੇ ਤੁਹਾਡੇ ਜੇ ਤੁਹਾਨੂੰ ਕੋਈ ਖਾਲਸਾ ਵਿੱਚ ਝੂਠ ਬੋਲਦਾ ਜਾਂ ਕੋਈ ਐਵੇਂ ਗੱਪਾਂ ਛੱਪਾਂ ਮਾਰਦਾ, ਸਾਨੂੰ ਜਦੋਂ ਮਰਜ਼ੀ ਫੋਨ ਕਰੋ, ਉਹਦਾ ਨਾਂ ਲਵੋ, ਉਹਦਾ ਨੰਬਰ, ਉਹਦੀ ਫੋਟੋ ਖਿੱਚੋ, ਉਹਨੂੰ ਵੀਡੀਓ ਬਣਾਓ, ਉਹਨੂੰ ਕਿਹਾ ਵੀਡੀਓ ਬਣਾ ਕੇ ਦੱਸੇ ਸਾਨੂੰ ਭਾਈ ਕੀ ਗਲਤ ਕਰ ਰਹੇ ਹਾਂ ਅਸੀਂ, ਸਾਨੂੰ ਭੇਜ ਦਿਓ ਵੀਡੀਓ, ਅਸੀਂ ਤੁਹਾਨੂੰ ਦੱਸਵਾਂ ਕੀ ਨਹੀਂ। ਗਲਤੀਆਂ ਨੰਬਰ 1 ਸਾਰੇ ਪਾਸੇ ਹੋਣੀਆਂ, ਅਸੀਂ ਮਿਸਟੇਕ ਵੀ ਕਰਦੇ ਹਾਂ, ਸਾਡੇ ਨਾਲ ਹੇਰਾ ਫੇਰ ਵੀ ਹੋਣੀ ਆ, ਪਰ ਸਾਡਾ ਜਿਹੜਾ ਮਿਸ਼ਨ ਆ ਉਹ ਹੈਗਾ ਦਿਲੋਂ ਸਾਫ਼ ਆ ਵੀ ਅਸੀਂ ਜਿੰਨੀ ਮਦਦ ਕਰਨੀ ਕਿਸਾਨਾਂ ਦੀ ਕਰਦੇ, ਅਤੇ 6 ਮਹੀਨੇ ਬਾਅਦ ਅਸੀਂ ਫਿਰ ਸਾਰੀ ਫੁੱਲ ਰਿਪੋਰਟ ਦੇਵਾਂਗੇ, ਫੜਾ ਮੁੜ 3 ਮਹੀਨੇ ਬਾਅਦ ਹੋਰ ਵੀ ਕਿੰਨਾ ਖਰਚਾ ਹੋਇਆ, ਕਿੰਨਾ ਹੋਰ ਰਹਿੰਦਾ ਆ।
ਵਾਸਤੇ ਆ। ਨਾਲ ਭਾਜੀ ਮੈਂ ਇਹ ਵੀ ਚੀਜ਼ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਜਿਵੇਂ ਆਪਾਂ ਗੱਲ ਕੀਤੀ ਕਿ ਬਾਕੀ ਜਥੇਬੰਦੀਆਂ ਦੀ ਜਾਂ ਕੋਈ ਹੋਰ, ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਅੱਜ ਖਾਲਸਾ ਏਡ ਦੇ ਕੋਲੇ ਜਾਂ ਖਾਲਸਾ ਏਡ ਦੀ ਪੂਰੀ ਟੀਮ ਦੇ ਕੋਲੇ, ਮੈਨੇਜਮੈਂਟ ਕੋਲੇ ਇੰਨੇ ਸਾਲਾਂ ਦਾ, ਭਾਜੀ ਤੁਹਾਡਾ 20 ਸਾਲਾਂ ਦਾ ਤਜਰਬਾ ਹੋ ਚੁੱਕਿਆ, ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਹੋਰ ਵੀ ਸੇਵਾ ਭਾਵਨਾ ਦੇ ਨਾਲ ਸਾਰੀਆਂ ਸੰਸਥਾਵਾਂ ਆਪਣੇ ਆਪਣੇ ਲੈਵਲ 'ਤੇ ਕੰਮ ਕਰ ਰਹੀਆਂ, ਕਿਤੇ ਵੀ ਕਿਸੇ ਨੂੰ ਵੀ ਕਿਸੇ ਵੀ ਲੈਵਲ 'ਤੇ ਖਾਲਸਾ ਏਡ ਦੀ ਲੋੜ ਪੈਂਦੀ ਹੈ, ਚਾਹੇ ਉਹ ਸਾਡੀ ਪੋਲਿਸੀਜ਼ ਦੇ ਅੰਡਰ ਆਉਣੀ ਚਾਹੀਦੀ ਹੈ, ਤੁਸੀਂ ਸਾਨੂੰ ਪ੍ਰਪੋਜ਼ਲ ਭੇਜੋ ਪੰਜਾਬ ਦੇ ਲਈ ਕੋਈ ਵੀ ਪ੍ਰੋਜੈਕਟ ਹੋਵੇ। ਅਸੀਂ ਹੋਰ ਵੀ ਆ ਪਿੱਛੇ ਜੇ ਕਾਫੀ ਜਥੇਬੰਦੀਆਂ ਨੇ, ਭੈਣ ਮਨਦੀਪ ਕੌਰ ਵਰੀ ਨੇ ਉਧਰੋਂ ਲੁਧਿਆਣੇ ਤੋਂ ਰਾਜ ਸੇਵਾ ਸੁਸਾਇਟੀ ਆ, ਸੋ ਜਿਹੜੇ ਜਿਹੜੇ ਚੰਗੇ ਕੰਮ ਕਰ ਰਹੇ ਅਸੀਂ ਆਲਵੇਜ਼ ਉਹਨਾਂ ਨੂੰ ਫਾਈਨੈਂਸ਼ੀਅਲੀ ਵੀ ਸਪੋਰਟ ਕਰੀਦਾ ਔਰ ਹਮੇਸ਼ਾ ਉਹਨਾਂ ਦੇ ਨਾਲ ਵੀ ਖੜੀਦਾ, ਕਿਉਂਕਿ ਉਹਨਾਂ ਦਾ ਮਿਸ਼ਨ ਜਿਹੜਾ ਹੈਗਾ ਉਹ ਕਲੀਅਰ ਹੈ। ਤੇ ਇੱਦਾਂ ਦੀਆਂ ਕੋਈ ਵੀ ਸੰਸਥਾਵਾਂ ਹੋਣ ਜਿਹੜੇ ਪੰਜਾਬ ਦੇ ਲਈ ਕੰਮ ਕਰਨੇ ਚਾਹੀਦਾ, ਸਾਨੂੰ ਓਪਨਲੀ ਪ੍ਰਪੋਜ਼ਲ ਭੇਜ ਸਕਦੇ ਹਾਂ ਔਰ ਡੈਫੀਨੇਟਲੀ ਅਸੀਂ ਉਸ ਉੱਤੇ ਵਰਕ ਕਰਾਂਗੇ। ਨਹੀਂ ਵਧੀਆ, ਸਾਡੇ ਵੱਲੋਂ ਸਾਰੇ ਸੇਵਾਦਾਰ ਦਾ ਧੰਨਵਾਦ। ਵੱਡੀ ਟੀਮ ਆ ਸਾਰੇ ਪਾਸੇ ਪੰਜਾਬ ਦੇ ਵਿੱਚ ਜੋ ਕੰਮ ਕੀਤੇ ਸਾਰੇ ਸੇਵਾਦਾਰ ਕਰਕੇ ਹੋਏ ਕੰਮ। ਸੋ ਜਿਹੜੇ ਚੜ੍ਹਦੀ ਕਲਾ ਵੇਅਰ ਹਾਊਸ ਲੱਗੇ ਹੋ ਜਾਂ ਤੁਹਾਡੇ ਆਫਿਸ ਜਾਂ ਬਾਹਰ ਲੱਗੇ ਹੋ, ਸਾਡੇ ਵੱਲੋਂ ਬਹੁਤ ਧੰਨਵਾਦ। ਜੇ ਕੋਈ ਹੋਰ ਦੱਸੋ ਕਿ ਆਖਰੀ ਮੈਸੇਜ ਦੇਣਾ ਹੋਵੇ। ਯਾ ਬਸ ਜੀ, ਬਸ ਮੈਂ ਤਾਂ ਇਹ ਕਹਿੰਦਾ ਕਿ ਅੱਜ ਭਾਵੇਂ 3 ਮਹੀਨੇ ਹੋ ਚੱਲੇ ਨੇ, ਤੇ ਇਹ ਨਹੀਂ ਕਿ ਪ੍ਰੋਜੈਕਟ ਹਜੇ ਸਾਡੇ ਕੰਪਲੀਟ ਹੋ ਗਏ, ਹਜੇ 6 ਮਹੀਨਿਆਂ ਬਾਅਦ ਅਸੀਂ ਤੁਹਾਨੂੰ ਪੂਰੀ ਫੁੱਲ ਫਲੈਜ ਜਿਹੜੀ ਰਿਪੋਰਟ ਹੈ, ਚਾਹੇ ਅੱਜ ਅਸੀਂ ਗੱਲ ਕਰ ਰਹੇ ਹਾਂ 24,000-25,000 ਬੈਗ ਦੀ, ਪਰ ਇੱਕ ਇੱਕ ਬੈਗ ਦਾ ਸਾਡੇ ਕੋਲ ਰਿਟਰਨ ਰਿਕਾਰਡ ਅਸੀਂ ਰੱਖਿਆ, ਜਿਹੜੀ ਕਿ ਅਸੀਂ 6 ਮਹੀਨੇ ਬਾਅਦ ਇੱਕ ਰਿਪੋਰਟ ਪਬਲਿਕ ਕਰਨ ਦਾ ਪਲਾਨ ਕਰ ਰਹੇ ਹਾਂ, ਸੋ ਸਾਰੀ ਰਿਪੋਰਟ ਵੀ ਦੱਸਾਂਗੇ। ਤੇ ਨਾਲ ਬਸ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਟੀਮ ਆ, ਜਿਹੜੇ ਵਲੰਟੀਅਰਸ ਨੇ, ਜਿਹੜਿਆਂ ਨੇ ਆਪਣਾ ਘਰ ਬਾਰ ਨਹੀਂ ਦੇਖਿਆ, ਜਿਨ੍ਹਾਂ ਨੇ ਆਪਣੀਆਂ ਜੋਬਾਂ ਤੋਂ ਛੁੱਟੀਆਂ ਲੈ ਕੇ, ਯੂਨੀਵਰਸਿਟੀ ਕਾਲਜਿਸ ਤੋਂ ਛੁੱਟੀਆਂ ਲੈ ਕੇ ਸੇਵਾਵਾਂ ਦੇ ਵਿੱਚ ਹਾਜ਼ਰੀਆਂ ਭਰੀਆਂ, ਚਾਹੇ ਉਹਨਾਂ ਦੀ ਅਟੈਂਡੈਂਸ ਸ਼ੋਰਟ ਹੁੰਦੀ ਰਹੀ, ਕਈ ਵਲੰਟੀਅਰ ਸਾਡੇ ਇਹੋ ਜਿਹੇ ਨੇ, ਤੇ ਬਟ ਤਾਂ ਵੀ ਉਹਨਾਂ ਨੇ ਆਪਣਾ ਸੇਵਾ ਦੇ ਵਿੱਚ ਹਿੱਸਾ ਪਾਇਆ। ਮੈਂ ਕਹਿੰਦਾ ਕਿ ਉਹਨਾਂ ਲਈ ਜ਼ਰੂਰ ਇੱਕ ਅਰਦਾਸ ਜ਼ਰੂਰ ਕਰਿਓ ਮਾਲਕ ਅੱਗੇ ਕਿ ਉਹ ਇਸੇ ਤਰ੍ਹਾਂ ਹੀ ਜਿਹੜੀ ਹੈ ਕਿ ਪੰਜਾਬ ਦੇ ਲਈ ਜਾਂ ਇਨਸਾਨੀਅਤ ਦੇ ਲਈ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਰਹਿਣ, ਤੇ ਇਹੀਓ ਮੇਰੀਆਂ ਬੇਨਤੀਆਂ ਸੀਗੀਆਂ ਭਾਜੀ। ਤੇ ਬਸ ਨਾਲ ਇਹ ਵੀ ਆ ਕਿ ਜਿਹੜੇ ਬੰਦੇ ਜਿਹੜੇ ਫੇਕ ਲਿਖਾ ਲਿਖਾ ਕੇ, ਚਾਹੇ ਉਹ DAP ਦਾ ਬੈਗ ਲੈ ਕੇ, ਚਾਹੇ ਕੁਛ ਵੀ ਏਡ ਲੈ ਕੇ, ਸੋ ਤੁਸੀਂ ਵੀ ਖਿਆਲ ਕਰਿਓ ਕਿ ਇਹ ਜਿਹੜਾ 1-1 ਰੁਪਈਆ ਕਿਹੜੀ ਸੰਗਤ ਨੇ ਕਿੱਥੋਂ ਕਿੱਥੋਂ ਆਪਣੀ ਕਿਰਤ ਕਮਾਈਆਂ ਚੋਂ ਕੱਢ ਕੇ ਦਿੱਤਾ, ਤੇ ਇਹ ਸਾਨੂੰ ਸੋਚਣਾ ਚਾਹੀਦਾ। ਸੋ ਇਹੀਓ ਭਾਜੀ ਆਪਣੀਆਂ ਗੱਲਾਂ ਬਾਤਾਂ ਸੀਗੀਆਂ। ਇਹੀ ਮੈਂ ਵੀ ਕਹਿਣਾ ਚਾਹੁੰਦਾ ਭਾਈ, ਜੇ ਕੋਈ ਬਿਜ਼ਨਸ ਹੈਗੀ, ਕੋਈ ਬਿਜ਼ਨਸ ਸਾਡੀਆਂ ਗੱਲਾਂ ਸੁਣਦੇ, ਬਿਜ਼ਨਸ ਕੋਈ ਹੋਏ ਇੰਡੀਆ ਪੰਜਾਬ ਦੇ ਵਿੱਚ ਬਿਜ਼ਨਸਮੈਨ, ਤੇ ਕੋਈ ਪ੍ਰੋਗਰਾਮ ਸਪੋਂਸਰ ਕਰਨਾ ਚਾਹੁੰਦੇ ਸਾਡੀ ਟੀਮ ਲਈ, ਕੋਈ ਟੀਮ ਬਹੁਤ ਵਧੀਆ ਵਧੀ ਜਾਂਦੀ ਹੈ ਪੰਜਾਬ 'ਚ, ਤੇ ਕਈ ਮੈਨੂੰ ਮੈਸੇਜ ਆਏ ਕਿੱਦਾਂ ਮਦਦ ਕਰਦੇ, ਜੇ ਕਾਫੀ ਵੱਡੀ ਬਿਜ਼ਨਸ ਆ ਤੁਸੀਂ ਕੋਈ ਕਾਰ ਜਾਂ ਕੋਈ ਨਿੱਕੀ 4x4 ਇੱਦਾਂ ਕੋਈ ਡੋਨੇਸ਼ਨ ਜਾਂ ਰੈਂਟ 'ਤੇ ਦੇ ਸਕਦੇ 1 ਸਾਲ 2 ਸਾਲ ਲਈ, ਬਹੁਤ ਵਧੀਆ ਹੋਜੂਗਾ। ਅਸੀਂ ਨਾ ਨਹੀਂ ਕਰੋਂਗੇ, ਕਿਉਂਕਿ ਸਾਡੀ ਟੀਮ ਵੱਧ ਰਹੀ ਆ, ਸਾਨੂੰ ਹਰ ਵਾਰੀ ਲੋੜ ਹੁੰਦੀ ਆ ਫਿਊਲ ਦੀ, ਕਾਰਾਂ ਦੀ, ਜਿੱਦਾਂ ਸਪੈਸ਼ਲੀ ਜਿਹੜੇ ਪਿੰਡ ਕਿਹੜੇ ਟਰੱਕ ਜਾਂ ਹੁੰਦੇ ਆ ਸਮਾਨ ਲੈ ਕੇ ਜਾਣ ਦੀ, ਜੇ ਕੋਈ ਬਿਜ਼ਨਸ ਸਾਨੂੰ ਕੋਈ ਗੈਟ ਇਨ ਟੱਚ ਕਰਨਾ ਚਾਹੁੰਦੇ ਆ, ਕੋਈ ਸਪੋਂਸਰ ਕਰਨਾ ਚਾਹੁੰਦੇ ਆ, ਸਾਨੂੰ ਪਲੀਜ਼ ਸਾਨੂੰ ਈਮੇਲ ਕਰੋ info@khalsaaid.org, ਜਾਂ ਤੁਸੀਂ ਖਾਲਸਾ ਏਡ ਇੰਡੀਆ ਦੇ ਪੇਜ 'ਤੇ ਜਾਓ, ਖਾਲਸਾ ਏਡ ਇੰਡੀਆ ਫੇਸਬੁੱਕ ਪੇਜ, ਉੱਥੇ ਮੈਸੇਜ ਕਰ ਦਿਓ, ਖਾਲਸਾ ਏਡ ਇੰਸਟਾਗ੍ਰਾਮ ਇੰਡੀਆ ਦਾ ਪੇਜ, ਉੱਥੇ ਮੈਸੇਜ ਕਰ ਦਿਓ, ਜਾਂ ਸਾਨੂੰ ਇੱਥੇ info@khalsaaid.org 'ਤੇ ਈਮੇਲ ਭੇਜ ਦਿਓ, ਅਤੇ ਜੇ ਸਪੋਂਸਰ ਕਰੋਗੇ ਤਾਂ ਵਧੀਆ ਹੋਜੂਗਾ, ਕਿਉਂਕਿ ਅਸੀਂ ਹੋਰ ਟੀਮ ਵਧਾ ਸਕਦੇ ਹਾਂ। ਸੋ ਤੁਹਾਡਾ ਬਹੁਤ ਧੰਨਵਾਦ, ਥੈਂਕ ਯੂ ਮਿਸਟਰ ਅਮਨਪ੍ਰੀਤ ਸਿੰਘ। ਥੈਂਕ ਯੂ ਭਾਜੀ ਸਾਰਿਆਂ ਦਾ, ਥੈਂਕ ਯੂ ਜੀ, ਥੈਂਕ ਯੂ ਜੀ, ਸਾਡੀ ਟੀਮ ਨੂੰ ਫਤਿਹ, ਥੈਂਕ ਯੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।